सजनों ते मित्रों, मैं तुहाडी दोस्त, मैं तुहाडी होस्ट शुगुप्ता गिम्मी लोधी लंदन तो तुहाडे नाल हैं। ते इस वक्त असी अज तुहाडे नाल लाइव एक ब्रिटिश पाकिस्तानी साड़ी मेहमान होणगियां, और साडा जिहड़ा मकसद है वह है मरदमशुमारी जिहड़ी हो रही है इंग्लैंड दे विच 2021 दी, और असी ऑक्सफोर्ड तो लिया जे अपनी मेहमान नू मकसद जिहड़ा इस शो दा है वह मैं हर हफ्ते तुहाडे नाल लाइव जावां करांगी। उहदे विच मकसद जिहड़ा बेसिकली ਇਹ ਵਾਲਾ ਜਿਹੜਾ ਸ਼ੋਅ ਹੈ ਇਹ ਇੰਗਲੈਂਡ 'ਚ ਜਿੰਨੇ ਵੀ ਪੰਜਾਬੀ ਸਾਡੇ ਮਿੱਤਰ ਸੱਜਣ ਫੈਮਿਲੀਜ਼ ਦੋਸਤ ਅਤੇ ਉਹ ਬੈਠੇ ਨੇ ਉਹਨਾਂ ਨੂੰ ਇੱਕ ਅਸੀਂ ਇੱਕ ਅਵੇਅਰਨੈਸ ਤਾਂ ਹੈ ਉਹਨਾਂ ਨੂੰ, ਲੇਕਿਨ ਕੁਛ ਚੀਜ਼ਾਂ ਜਿਹੜੀਆਂ ਕਿ ਉਹਨਾਂ ਨੂੰ ਨਹੀਂ ਪਤਾ ਔਰ ਜਿਨ੍ਹਾਂ ਦੇ ਬਾਰੇ 'ਚ ਉਹ ਥੋੜ੍ਹਾ ਜਿਹਾ ਸ਼ਾਇਦ ਮੈਂ ਤਾਂ ਨਹੀਂ ਕਹਾਂਗੀ ਕਿ ਸੀਰੀਅਸ ਨਹੀਂ ਸੋਚਦੇ, ਕਿਉਂਕਿ ਲੇਕਿਨ ਕੁਝ ਚੀਜ਼ਾਂ ਦਾ ਸ਼ਾਇਦ ਪਤਾ ਨਹੀਂ ਹੈ। ਅਸੀਂ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਬਾਰੇ 'ਚ ਗੱਲਾਂ ਕਰਾਂਗੇ, ਔਰ ਇਹਦੇ ਨਾਲ ਜਦੋਂ ਸਾਡੇ ਨਾਲ ਮਹਿਮਾਨ ਹੋਣਗੇ ਅਤੇ ਮੈਂ ਵੇਟ ਕਰ ਰਹੀ ਹਾਂ ਸਾਡੇ ਨਾਲ ਬ੍ਰਿਟਿਸ਼ ਪਾਕਿਸਤਾਨੀ ਆਕਸਫੋਰਡ ਦੇ ਵਿੱਚ, ਔਰ ਉਹਨਾਂ ਦਾ ਤਾਲੁਕ ਹੈਗਾ ਤਦਰੀਸ ਸ਼ੋਭਾ ਦੇ ਨਾਲ, ਔਰ ਬਹੁਤ ਜ਼ਿਆਦਾ ਕੰਮ ਕਰਨ ਵਾਲੀਆਂ ਖਵਾਤੀਨ ਦੇ ਵਾਸਤੇ ਵੀ ਕੰਮ ਕਰਨ ਵਾਲੀਆਂ, ਔਰ ਸੋਸ਼ਲ ਐਕਟਿਵਿਸਟ ਵੀ ਨੇ, ਮਤਲਬ ਕਿ ਉਹ ਬੇਸ਼ੁਮਾਰ ਕੰਮ ਕਰ ਰਹੀਆਂ ਨੇ, ਔਰ ਮੈਂ ਉਹਨਾਂ ਦਾ ਵੇਟ ਕਰ ਰਹੀ ਹਾਂ ਕਿ ਉਹ ਮੈਨੂੰ ਜੁਆਇਨ ਕਰਨ। ਕੁਛ ਥੋੜ੍ਹਾ ਜਿਹਾ ਮੇਰਾ ਖਿਆਲ ਹੈ ਇਹ ਅਸੀਂ ਕਿਉਂਕਿ ਲਾਈਵ ਜਾ ਰਹੇ ਹਾਂ ਅਤੇ ਮੈਂ ਪਹਿਲੇ ਕੋਸ਼ਿਸ਼ ਕੀਤੀ ਕਿ ਸਟ੍ਰੀਮ ਯਾਰਡ 'ਤੇ ਚੱਲੀਏ, ਉਹਦੇ 'ਤੇ ਵੀ ਕੁਛ ਮਸਲਾ ਹੋ ਗਿਆ, ਔਰ ਫਿਰ ਮੈਂ ਕੋਸ਼ਿਸ਼ ਕੀਤੀ ਕਿ ਜ਼ੂਮ ਨਾਲ ਕੁਛ ਆਵਾਂ ਲਾਈਵ, ਉਹਦੇ 'ਤੇ ਵੀ ਕੋਈ ਆਡੀਓ ਦਾ ਮਸਲਾ ਹੋ ਗਿਆ, ਅਤੇ ਫਿਰ ਅਸੀਂ ਸੋਚਿਆ ਕਿ ਕਿਉਂਕਿ ਸਾਰਾ ਦਾ ਸਾਰਾ ਜਿਹੜਾ ਕੰਮ ਹੈ ਅਸੀਂ ਆਪਣਾ ਮਰਦਮਸ਼ੁਮਾਰੀ ਸ਼ੋਅ ਜਿਹੜਾ ਵਾ, ਜਿਹਦਾ ਕਿ ਮੈਨੂੰ ਬਹੁਤ ਹੀ ਜਿਹੜੀ ਹੈ ਮਿਲਿਆ ਹੈਗਾ ਪੋਸਟਰ ਦੇ ਜ਼ਰੀਏ, ਇੱਕ ਬਹੁਤ ਜ਼ਬਰਦਸਤ ਇੰਨਾ ਅੱਛਾ ਤੁਸੀਂ ਸਭ ਨੇ ਮੈਨੂੰ ਫੀਡਬੈਕ ਦਿੱਤਾ ਹੈ ਕਿ ਸਾਰੇ ਪੰਜਾਬੀ ਆਪਣੇ ਆਪਣੇ ਚੜ੍ਹਦੇ ਪੰਜਾਬ ਦੇ, ਆਪਣੇ ਲਹਿੰਦੇ ਪੰਜਾਬ ਦੇ, ਜਿੱਥੇ ਜਿੱਥੇ ਵੀ ਬੈਠੇ ਸੀ ਉਹਨਾਂ ਨੇ ਇੰਨਾ ਅੱਛੇ ਤਰੀਕੇ ਨਾਲ ਮੇਰੇ ਇਸ ਸ਼ੋਅ ਨੂੰ ਵੈਲਕਮ ਕੀਤਾ, ਅਤੇ ਉਹਨਾਂ ਸਭ ਲਈ ਅਤੇ ਉਹਨਾਂ ਸਭ ਲਈ ਸਾਂਝ, ਉਹਨਾਂ ਲਈ ਸਭ ਲਈ ਪਿਆਰ, ਉਹਨਾਂ ਸਭ ਵਾਸਤੇ। ਅਤੇ ਹੁਣ ਅੱਛਾ ਵੈਸੇ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਐਨਕ ਕਿਉਂ ਲਾ ਲਈ, ਐਨਕ ਤਾਂ ਮੇਰੀ ਹੈਗੀ ਲਿਖਣ ਪੜ੍ਹਨ ਵਾਲੀ, ਪਰ ਚਲੋ ਲਾ ਲੈਂਦੇ ਹਾਂ, ਇਹਦੇ 'ਚ ਕਿਹੜੀ ਗੱਲ ਆ, ਹੈ ਨਾ। ਅਤੇ ਅਸਲ 'ਚ ਤਾਂ ਮੈਂ ਤੁਹਾਨੂੰ ਦੱਸਾਂ ਕਿ ਪਤਾ ਹੀ ਹੈ ਤੁਹਾਨੂੰ ਇੰਗਲੈਂਡ ਦੇ ਵਿੱਚ ਆਪਣੇ ਜਿਹੜੇ ਨੇ ਸਾਡੇ ਜਿਹੜੇ ਨੇ ਨਾ ਭਾਰਤੀ ਜਿੰਨੇ ਵੀ ਪੰਜਾਬੀ ਨੇ ਉਹ ਜਿਹੜੇ ਵੀ ਇੱਥੇ ਵੱਸਦੇ ਪਏ ਨੇ ਨਾ ਇੰਗਲੈਂਡ ਦੇ ਵਿੱਚ ਮੁਖਤਲਿਫ ਸ਼ਹਿਰਾਂ 'ਚ, ਮੈਂ ਤਾਂ ਕਿਉਂਕਿ ਲੰਡਨ ਦੇ ਵਿੱਚ ਹਾਂ ਲੇਕਿਨ ਇਸ ਤਰ੍ਹਾਂ ਬਰਮਿੰਗਮ, ਮੈਨਚੈਸਟਰ ਅਤੇ ਬਾਕੀ ਸਭ ਜਗ੍ਹਾ ਦੇ ਉੱਤੇ, ਅਤੇ ਲੇਕਿਨ ਇਹ ਵੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਔਰ ਉਹ ਲੋਕ ਆਪਣੇ ਬੱਚਿਆਂ ਨਾਲ ਵੀ ਪੰਜਾਬੀ ਬੋਲਦੇ ਆ। ਸਾਡੇ ਬਹੁਤ ਸਾਰੇ ਦੋਸਤ ਨੇ, ਮੈਨੂੰ ਬਹੁਤ ਸਾਰੇ ਦੇਖ ਵੀ ਰਹੇ ਹੋਣਗੇ ਇਸ ਵੇਲੇ, ਅਤੇ ਮੇਰਾ ਖਿਆਲ ਹੈ ਕਿ ਆਈ ਹੋਪ ਸੋ ਕਿ ਮੈਨੂੰ ਸੱਗੂ ਅੰਕਲ ਵੀ ਦੇਖ ਰਹੇ ਹੋਣਗੇ, ਮੈਨੂੰ ਅਮਿਤ ਜੀ ਵੀ ਦੇਖ ਰਹੇ ਹੋਣਗੇ, ਉਹਦੇ ਬਾਅਦ ਮੈਨੂੰ ਹਰਜੀਤ ਜੀ ਵੀ, ਔਰ ਬਾਕੀ ਵੀ ਬਹੁਤ ਸਾਰੇ ਸਾਡੇ ਦੋਸਤ ਨੇ। ਅਸੀਂ ਜਦੋਂ ਵੀ ਬੈਠਦੇ ਹਾਂ ਗੱਲਬਾਤ ਉਹਨਾਂ ਦੇ ਨਾਲ ਹੁੰਦੀ ਹੈ, ਅਤੇ ਇਹੀ ਗੱਲ ਡਿਸਾਈਡ ਹੋਈ, ਔਰ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਬਹੁਤ ਬਹੁਤ ਹੀ ਅੱਛੇ ਦੋਸਤ ਵੀ, ਔਰ ਉਸ ਤੋਂ ਇਲਾਵਾ ਹੈ ਕਿ ਤੁਸੀਂ ਸਭ ਇੱਕ ਬਹੁਤ ਵੱਡਾ ਨਾਂ ਪੰਜਾਬੀ ਅਦਬ 'ਚ, ਔਰ ਲਹਿੰਦੇ ਔਰ ਚੜ੍ਹਦੇ ਪੰਜਾਬ 'ਚ ਹਰ ਬੰਦਾ ਉਹਨਾਂ ਨੂੰ ਜਾਣਦਾ ਹੈ, ਅਮਰਜੀਤ ਚੰਦਨ ਸਾਹਿਬ ਨੇ ਉਹਨਾਂ ਨਾਲ ਮੈਂ ਗੱਲ ਕਰ ਰਹੀ ਸਾਂ ਇਹੀ ਮਰਦਮਸ਼ੁਮਾਰੀ ਦੇ ਬਾਰੇ ਵਿੱਚ, ਅਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਕਿ ਦੇਖ ਕੁੜੀਏ ਕਿ ਜੇ ਕੰਮ ਕਰਨਾ ਹੈਗਾ ਤਾਂ ਫਿਰ ਅਵੇਅਰਨੈਸ ਦੀ ਜਿਹੜੀ ਲੋੜ ਹੈ ਉਹ ਤਾਂ ਦੋਵੇਂ ਪਾਸੇ ਹੀ ਆ, ਆਪਣੇ ਇੱਥੇ ਬਹੁਤ ਸਾਰੇ ਪੰਜਾਬੀ ਲੋਕਾਂ, ਉਹਦੀ ਇੱਕ ਰੀਜ਼ਨ ਹੈ ਵੀ ਹੈ ਕਿ ਬਹੁਤ ਸਾਰੇ ਪੰਜਾਬੀਆਂ ਨੂੰ ਪਤਾ ਹੀ ਨਹੀਂ ਹੈ, ਬਹੁਤ ਸਾਰੀ ਹੋਰ ਇਹ ਵੀ ਗੱਲ ਹੈ ਕਿ ਅਸੀਂ ਲੋਕ ਨੈਰੇਟਿਵ ਲੈ ਕੇ ਨਾ ਜਦੋਂ ਚੱਲਦੇ ਹਾਂ ਅਤੇ ਇਹ ਵੀ ਜਿਹੜੇ ਸਾਡੇ ਆਪਣੇ, ਮੈਂ ਆਪਣੇ ਪਾਕਿਸਤਾਨੀ ਪੰਜਾਬੀਆਂ ਦੇ ਹਵਾਲੇ ਨਾਲ ਇਹ ਗੱਲ ਕਰਾਂਗੀ ਕਿ ਅਸੀਂ ਜੀ ਪਾਕਿਸਤਾਨੀ ਹਾਂ,
लेकिन मैं तुहानू एक गल दसा कि पाकिस्तानियत की जिहड़ी नैरेटिव है ना वह तो है सो है, लेकिन उस तो भी पहले असी पंजाबी हाँ। तो पंजाबी तो असी 5000 साल पहले तो हैं। देखो ना तुसी साढ़े जिन्हें भी बजुर्ग गुजरे ने, साढ़े जिन्हें भी सूफी बजुर्ग जिन्हें गुजरे ने, देखो असी अगर बाबा फरीद गंजशक्कर तो शुरू करिए, उसके बाद बाबा फरीद गंजशक्कर केड़े टाइम दे आए, ठीक है, उसके बाद असी अगर गल करिए उन्हां तो बाद आए शाह हुसैन आए, उसके बाद साढ़े कोल आए सुल्तान बाहू आए। अगर यह देखिए कि सदी चों वह पंजाबी शुरू हुए और हूँ तक असी लैके, अगर उस तो बाद भी अपने बाबियां की असी गल करिए तो फिर वो बाद वारिस शाह, वो बाद शाह हुसैन, वो बाद बुले शाह। तो ये जो अगर देखा जाए ना पंजाबी वसेट बहुत पुरानी है। असी हूँ कहते हैं जी मैं बहुत चंगी एक अपने मेरा बहुत ही छोटा वीर है और बड़े प्यारा रूप ढल्लों उसकी गल मैं बड़ी चंगी बड़ी वधिया लगी सी जो उन्होंने आख्या सी कि जी मैं ते लिपी की गल करना है, मैं ते ये गल ही नहीं करता कि बई वो डिविजन तो बिलीव ही नहीं करते सन ना। उन्होंने गलबात तो तुम इंटरव्यू भी देखा उस गलबात पर भी उन्होंने कहा कि एक ही गल हुई असं तो सारे पंजाबी एको ही हाँ और वाकई असं एको ही हैं। जो असं एको ही हाँ और इंग्लैंड जी मरदमशुमारी हो रही है साढ़े को तकरीबन 2 महीने रह गए और असी अपनी अपनी जात के उत्ते सारी कोशिश कर रहे हैं। मेरा ख्याल है कुछ थोड़ा जहा मैं गलों से गल कर रही हूँ लेकिन मैं लगता पाया सारे को मैसेज भी आ रहे हैं, लेकिन मैं क्योंकि इंतजार कर रही हाँ कि निगत मलक जड़े ने निगत मलक जड़िया ने वह सू ज्वाइन कर पा रही कि नहीं। अच्छा तुम देखो ये ऑनलाइन सारा काम हो गया, वरना तो मैं इतों चुप करके जाती ऑक्सफोर्ड तो मैं जाके तो उन्होंने कोल बह के भी उन्होंने ख्यालात का जो उन्होंने अपने अंदर इस मरदमशुमारी बारे उन्होंने ख्याल है एक पंजाबी पाकिस्तानी होने के नाते तो वह मैं उत भी कर सकती सर। लेकिन तुम पता असी सारे जने ना असी बड़े वजह तो असी घर च नहीं निकल सकते, लेकिन क्योंकि साड़ा मिशन अपना पंजाबी भाषा का है अपनी माँ बोली का है तो असी वो अपना मिशन किसी तौर पर भी उन्होंने असी स्टॉप नहीं करना क्योंकि अस मतलब एक दर बंद तो 100 दर खुल जाते हैं, है ना। तो इस वजह नाल सानू ये नाल मैं आज सांझ कर ही करनी कि तुसी देखो कि कुछ साल पहले ना पंजाबी जड़ी सी वो सैकेंड हायर स्कूलों के विच ते कॉलेजों के विच पढ़ाने वाली जबान सी, लेकिन उदे कुछ चिर के बाद जड़ा वै ये होया कि एक इतने तरीका हैगा ते उदे हिसाब से रो जिन्ना तुसी जो ए फॉर्म आते ने फॉर्म हूँ भी आएंगे सबनों मिलेंगे उदे विच तुसी लिखना होंगे कि जी अदर्स एक एक कॉलम उहदे च अदर्स भी है, एक कॉलम उहदे च ए वी है कि आर यू इंट्रस्टिड इन इंग्लिश, हाँ जी असी है इंट्रस्टिड, लेकिन जिहड़ा अदर्स वाला हैगा ना खाना उहदे विच तुसी लिखना हैगा, मैं फिर कहनी पई हाँ कि तुसी लिखना हैगा पंजाबी। मैं फिर यह गल कहांगी कि भारतीय पंजाबी बहुत सारे ऑलरेडी लिखते ने, मैं जरा लोगों के नाल मेरा जरा टेलीफोनिकली इंटरैक्शन होया वै वो लिखते हैं, लेकिन जोड़े साढ़े अपने पाकिस्तानी पंजाबी ने, मैं आप भी पाकिस्तानी पंजाबी हाँ और इतने सैटल हैं, असी भी लिखांगे वो कि अदर्स दे विच पंजाबी लिखनी है। मैं फिर कह रही हूँ तुसी एक गल बहुत ध्यान नाल यूके दे विच जिन्ने शहर जिन्हें भी पाकिस्तानी पंजाबी बैठे ने उन्होंने उत्थे अदर्स दे खाने दे विच पंजाबी अपनी माँ बोली लिखनी है। हुण तुसी देखो, अच्छा मैं तुहानू दसा कि हो सकता है कि मैनू अज दा लाइव शो आप ही करना पे क्योंकि मन लगता है कोई टैक्नीकल प्रॉब्लम्स हो रही ने, और चलो कोई गल नहीं गलबात ही करनी है ना, मैं तुहाडे नाल कम्यूनीकेट ही करना है तो उन्होंने असं फिर ले लेंगे और अज असी आप भी गलबात कर सकते हैं। तो कभी कभी कल्लियां बैठ के
ਵੀ ਆਪਣੇ ਵਿਊਅਰਸ ਨਾਲ, ਆਪਣੇ ਆਡੀਅੰਸ ਦੇ ਨਾਲ ਹਮ ਕਲਾਮ ਹੋਣਾ ਬਹੁਤ ਚੰਗਾ ਲੱਗਦਾ ਹੈ। ਤੇ ਮੈਂ ਗੱਲ ਕਰ ਰਹੀ ਸਾਂ। ਅੱਛਾ, ਚਾਹ ਪੀਓਗੇ ਤੁਸੀਂ? ਮੈਂ ਵੈਸੇ ਚਾਹ ਪੀਣੀ ਪਈ ਆ ਕਿਉਂਕਿ ਠੰਡ ਬਹੁਤ ਹੈ ਇੱਥੇ। ਔਰ ਤੁਸੀਂ ਜਾਣਦੇ ਹੀ ਹੋ ਕਿ ਇਸ ਵਕਤ ਇਹ ਮੇਰੇ ਹੱਥ 'ਚ ਹੈਗਾ, ਗਿਮੀ ਟੀਵੀ ਯੂਕੇ ਦਾ ਮੱਗ। ਸਾਡੇ ਨਾਲ ਨੇ ਔਰ ਇਸ ਵਕਤ ਮੈਂ ਜੀ ਜੀ ਆਇਆਂ ਨੂੰ ਆਖਦੀ ਹਾਂ ਤੁਹਾਨੂੰ ਨਿੱਕਾ। ਅਸਲਾਮੁਅਲੈਕੁਮ ਜੀ। ਵਾਲੇਕੁਮ ਅਸਲਾਮ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਆਖਦੀ ਹਾਂ। ਨਿਗਤ ਮਲਿਕ ਜੀ ਆਕਸਫੋਰਡ ਤੋਂ ਸਾਡੇ ਨਾਲ ਨੇ। ਤੇ ਨਿਗਤ, ਤੁਸੀਂ ਜਰਾ ਆਪਣੀ ਆਵਾਜ਼ ਥੋੜਾ ਜਿਹਾ ਆਪਣੇ ਉਹਦਾ ਥੋੜਾ ਜਿਹਾ ਕੱਟ ਕਰਦੇ ਹੋ ਜਾਂ ਮੈਂ ਕਰਾਂ? ਕਿਉਂਕਿ ਵੀ ਕੁਝ ਥੋੜਾ ਜਿਹਾ ਇਕੋ ਆ ਰਹੀ ਜਾਨੀ, ਜਰਾ ਕਰ ਤੁਸੀਂ ਮੇਰਾ ਖਿਆਲ ਆਪਣੇ ਪਾਸੇ ਤੋਂ ਨਾ ਥੋੜਾ ਜਿਹਾ ਆਵਾਜ਼ ਕੱਟ ਕਰ ਲਓ। ठीक है आवाज में? अच्छा, आवाज तो बहुत कम है। चलो फिर, सबसे पहले सब मसला हो रहा है। असल अपने टेक्निकल एडवाइजर से पूछने थी ये आवाज। अच्छा, थोड़ी कोल एयरफोन है कि वो तो सिर्फ जोर लगा दो, देखते हैं तो फर्क क्या है। चलो कोई ना, कि लाल लाल सी आवाज आ रही है तो ले। जी हाँ जी, एयरफोन में कुछ थोड़ा जहा फर्क पे है, लेकिन हाँ जी सायु, लैपटॉप तो पता नहीं कनेक्शन प्रॉब्लम हो रही सी। हाँ जी, परफेक्ट हो गया, परफेक्ट हो गया ठीक है। जी। अच्छा जी, और मैं छोटे जे फोन तो कर रही हूँ। कोई गल नहीं जी, खैर ऐसी गलबात करनी है, साडा अवेयरनेस की साडी मूवमेंट है। ਤੇ ਸੱਜਣੋ ਤੇ ਮਿੱਤੋ, ਸਾਡੇ ਨਾਲ ਨੇ ਜੀ ਆਕਸਫੋਰਡ ਤੋਂ ਨਿਗਤ ਮਲਕ ਜੀ। ਔਰ ਨਿਗਤ ਜੀ, ਮੈਂ ਚਾਹਾਂਗੀ ਕਿ ਤੁਸੀਂ ਪਹਿਲੇ ਆਪਣੇ ਆਪ ਨੂੰ ਖੁਦ ਮੁਤਾਰਫ ਕਰਾਓ, ਕਿਉਂਕਿ ਤੁਹਾਡੇ ਜੋ ਤੁਸੀਂ ਕਰ ਰਹੇ ਹੋ, ਮੈਂ ਨਹੀਂ ਚਾਹੁੰਦੀ ਕਿ ਮੈਂ ਤੁਹਾਡੇ ਤੇ ਵਿਊਅਰਸ ਦੇ ਵਿਚਕਾਰ ਆਵਾਂ। ਤੇ ਪਲੀਜ਼ ਪਹਿਲੇ ਆਪਣਾ ਥੋੜਾ ਪ੍ਰੋਫੈਸ਼ਨਲੀ ਤਾਰਫ ਕਰੋ। ਮੇਰਾ ਨਾਮ ਨਿਗਤ ਮਲਿਕ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਹੈ। ਔਰ ਮੇਰਾ ਤਲਕ ਪਾਕਿਸਤਾਨ ਪੰਜਾਬ ਤੋਂ ਹੈ, ਜਗ੍ਹਾ ਦਾ ਨਾਂ ਹੈ ਜ਼ਿਲ੍ਹਾ ਚਕਵਾਲ ਤਲੇਗਾਂ। ਔਰ ਮੈਨੂੰ 31 ਸਾਲ ਹੋ ਗਏ ਨੇ ਇੱਥੇ ਆਕਸਫੋਰਡ ਵਿੱਚ ਰਹਿੰਦੇ ਹਾਂ। ਜ਼ਿਆਦਾਤਰ 28 ਸਾਲ ਮੈਂ ਆਕਸਫੋਰਡ ਯੂਨੀਵਰਸਿਟੀ 'ਚ ਨੌਕਰੀ ਕੀਤੀ, ਔਰ ਅੱਜ ਕੱਲ੍ਹ ਮੈਂ ਇੱਕ ਹਾਈ ਸਕੂਲ ਹੈ ਇੱਥੇ ਲੋਕਲ, ਉਸ ਵਿੱਚ ਜਾਬ ਕਰ ਰਹੀ ਹਾਂ। ਅਤੇ ਸਾਰਿਆਂ ਨੂੰ ਵੈਲਕਮ, ਨਿਆ ਸਾਲ ਮੁਬਾਰਕ। ਔਰ ਜਿਹੜਾ ਤਾਂ ਦੇਖੀਏ ਕਿ ਅੱਗੇ ਇਹ ਸਾਲ ਸਾਰਿਆਂ ਵਾਸਤੇ ਕੀ ਲੈ ਕੇ ਆਉਣਾ ਹੈ। हाँ, अच्छा जी, मैं थोड़े को पूछना चाहवांगी। तुसी मैं सन पहले ही पता सी कि तुसी यूनिवर्सिटी च, लेकिन इस तो अलावा जेड़ा काम तुसी करदे हो ना, वुमेन दा विंग दे उते, असी असी इकट्ठे एक मंटो की औरतों दे उते असी साडे जेड़े ने ट्रेनर जेड़िया ने नुसरत अब्बास ने, असी एक पूरा एक खवातीन दा यूके च एक यूनिक जिहा ग्रुप है, कोई 7-8 लेडीज दा, जेड़ा कि पढ़ाई भी नाल नाल कर रही, उन्हां विच निकट ते असी क्लास फैलो भी हाँ उस जेंडर अवेयरनेस प्रोग्राम दे। ते क्योंकि अवेयरनेस की गल है, ते अवेयरनेस दे नाल निकल जी, मैं तुसी ए दसो कि जिहड़ी मरदमशुमारी दे विच साडे पाकिस्तानी पंजाबी ने, ओ ऑक्सफोर्ड च तुसी किस तरह देखदे पे हो कि ए जिहड़ा मरदमशुमारी दे सिलसिला है, इहनू लोग खास तौर ते पाकिस्तानी पंजाबी किस तरह लै रहे ने? मेरा ख्याल है इतनी अवेयरनेस नहीं है। दूसरा ये कि साडा मीडिया में कोई लोकल मीडिया जो अपना है, पाकिस्तानी मीडिया उतना फॉलो नहीं करनी, सिवाय प्रिंट मीडिया ने या सोशल मीडिया। बाकी टीवी या रेडियो या उस विच मैं नहीं देखा कि उसने बारे कोई जिक्र आए, या वैसे साढ़े इतने जो लोकल है मीडिया उस भी कोई नहीं है कि इस दे बारे च लोगों को कोई अवेयरनेस होए। सब तो पहले जो सब वड्डा मसला है ना, सब पंजाबियों नाल या बाकी कुछ होर कम्यूनिटीज नाल भी जो लैंग्वेजेस ने बारे च है कि असी लोग अपनी लैंग्वेजेस नू ओन नहीं कर रहे। और ओन करना जो देखो ना तुसी, सब तो वड्डी गल है कि सारी चीज़ा घर तो शुरू होनी है, बचपन तो माँ की गोद तो शुरू होनी है। जे अगर मावां नू ही फखर ना हो कि असी जो भी लोकल जबान है, मैं सिर्फ पंजाबी इत्थे गल करना नहीं चाहूंगी, मैं चाहूंगी कि उसी तुसी बलोची करो, सिंधी करो, सारिया जबाना जिहड़ियां ने, पंजाबी नहीं अभी तो कई किस्म ने ना, कि मैं जी खुद जो बिल्कुल जी, पंजाबी बोलनी है तो लोग कई दफा हंस के कह रहे, आ ये तुहाडी पंजाबी मुख्तलिफ है साडी पंजाबी तो।
या ਜਦੋਂ ਅੱਜ ਹਾਂਜੀ ਤੋਂ 31 ਸਾਲ ਪਹਿਲੇ ਅਸੀਂ ਆਏ ਸਾਂ ਤੇ ਮੇਰੇ ਬੱਚੇ 5 ਸਾਲ ਔਰ 10 ਸਾਲ ਦੀ ਉਮਰ ਦੇ ਸਨ ਤੇ ਅਸੀਂ ਲੋਕਾਂ ਨੂੰ ਆਬਵੀਅਸਲੀ ਜਦੋਂ ਤੁਸੀਂ ਨਿਊ ਕਮਰ ਹੋਨੇ ਹੋ ਤੇ ਤੁਸੀਂ ਲੋਕਾਂ ਨੂੰ ਮਿਲਨੇ ਹੋ ਤੇ ਕਿਸੇ ਐ ਗੱਲ ਹੋਈ ਤੇ ਮੇਰੀ ਬੇਟੀ ਜਿਹੜੀ ਸੀ ਉਸਨੇ ਮੇਰੇ ਨਾਲ ਪੰਜਾਬੀ 'ਚ ਗੱਲ ਕੀਤੀ ਤੇ ਕਿਸੇ ਬੰਦੇ ਨੇ ਨਾ ਉਸ ਬੱਚੀ ਦੇ ਸਾਹਮਣੇ ਬੜਾ ਕਿਹਾ ਕਿ ਹਾਏ ਤੁਹਾਡੇ ਬੱਚੇ ਪੰਜਾਬੀ ਬੋਲਣੇ ਨੇ, ਸਾਡੇ ਤੇ ਮਾਂ ਪਿਓ ਨੇ ਸਾਨੂੰ ਨਹੀਂ ਬੋਲ ਦਿੱਤੀ ਔਰ ਔਰਤ ਕੋਈ 50-60 ਸਾਲ ਦੇ ਦਰਮਿਆਨ ਉਹਦੀ ਏਜ ਹੋਏਗੀ ਤੇ ਉਹਨੇ ਯਾਨੀ ਸਿਰਫ ਮੈਨੂੰ ਹੀ ਨਹੀਂ ਅਹਿਸਾਸ ਦਿਲਾਇਆ ਕਿ ਤੂੰ ਇੱਕ ਨਵੀਂ ਜਗ੍ਹਾ ਤੇ ਆ ਕੇ ਇਹ ਜ਼ਬਾਨ ਨਹੀਂ ਬੋਲ ਸਕੀ ਹੈ। ਉਸ 5 ਸਾਲ ਦੀ ਬੱਚੀ ਨੂੰ ਵੀ ਕਿਹਾ ਕਿ ਤੇਰੇ ਮਾਂ ਬਾਪ ਨੇ ਤੇ ਤੈਨੂੰ ਇੱਕ ਜ਼ਬਾਨ ਸਿਖਾ ਰਹੇ ਨੇ, ਮੇਰੇ ਮਾਂ ਬਾਪ ਨੇ ਤੇ ਮੈਨੂੰ ਅਸਾਂ ਮਨਾ ਕੀਤਾ ਔਰ ਸਾਡੇ ਬੱਚੇ ਵੀ ਨਹੀਂ ਬੋਲਣੇ। ਤੇ ਇਹ ਇਮੇਜ ਹਾਲੀ ਵੀ ਹੈ, ਇਹ ਨਹੀਂ ਹੈ ਕਿ ਆਕਸਫੋਰਡ ਇੱਕ ਲਰਨਡ ਸਿਟੀ ਹੈ ਤੇ ਇਸ ਵਿੱਚ ਸਾਰੇ ਪੜ੍ਹੇ ਲਿਖੇ ਲੋਕ ਹਨ, ਜਾਂ ਈਵਨ ਮੈਂ ਦੇਖਿਆ ਕਿ ਜਿਹੜੇ ਲੋਕ ਪੜ੍ਹੇ ਲਿਖੇ ਵੀ ਥੇ ਬੱਚੇ ਪਾਕਿਸਤਾਨ ਨੇ ਜਾਂ ਬਾਕੀ ਇੰਡੀਆ ਦੇ ਮੁਖਤਲਿਫ ਤਬਕਿਆਂ ਤੋਂ ਆ ਕੇ ਪੜ੍ਹ ਰਹੇ ਨੇ, ਉਹਨਾਂ ਸਾਰਿਆਂ 'ਚ ਆਪਣੀ ਜ਼ਬਾਨ ਨੂੰ ਓਨ ਕਰਨੇ ਨਾ ਨਹੀਂ ਹੈ, ਅਹਿਸਾਸ ਨਹੀਂ ਹੈ। ਹਾਂ ਤੇ ਨਿਗਰ ਜੀ ਤੁਸੀਂ ਕੀ ਸਮਝਦੇ ਹੋ ਕਿ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਲੇਕਿਨ ਅਸੀਂ ਜਿਸਾਂ ਮਤਲਬ ਇਹ ਤੁਹਾਡੀ ਕਿਉਂਕਿ ਮੈਂ ਸਪੈਸੀਫਿਕਲੀ ਪੰਜਾਬੀ ਦੀ ਇਸ ਵਜ੍ਹਾ ਨਾਲ ਗੱਲ ਕਰ ਰਹੀ ਹਾਂ ਕਿਉਂਕਿ ਮੈਂ ਮਰਦਮਸ਼ੁਮਾਰੀ ਦੇ ਹਵਾਲੇ 'ਚ ਤੇ ਅਸੀਂ ਤੀਸਰੇ ਨੰਬਰ ਤੋਂ ਦੂਸਰੇ ਨੰਬਰ ਤੇ ਆਉਣਾ ਚਾਹੁੰਦੇ ਹਾਂ ਤੇ ਇਹ ਇੱਕ ਮੋਰਚਾ ਹੈ ਸਾਡਾ ਜਿਹਨੂੰ ਅਸੀਂ ਅਵੇਅਰਨੈਸ ਦੇ ਥਰੂ ਜਾਂ ਆਪਣੇ ਪ੍ਰੋਗਰਾਮਾਂ ਦੇ ਥਰੂ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸਾਨੂੰ ਮੀਡੀਆ ਜਿਹੜਾ ਅਸੀਂ ਉਹਨਾਂ ਨਾਲ ਰਾਬਤੇ ਕਰ ਰਹੇ ਹਾਂ। ਤੁਸੀਂ ਦੱਸੋ ਹੈ ਕਿ ਓਨ ਨਾ ਕਰਨ ਦੇ ਨਾਲ ਇੱਕੋ ਚੀਜ਼ ਤੇ ਹੋ ਗਈ ਤੇ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਰਿਅਲਾਈਜ਼ ਕਰਵਾ ਸਕਦੇ ਹਾਂ ਕਿ ਵੀ ਆਪਣੀ ਆਪਣੀ ਭਾਸ਼ਾ ਹੈ ਨਾ, ਆਪਣੀ ਮਾਂ ਬੋਲੀ ਹੈ ਨਾ, ਸਭ ਦੀ ਆਪਣੀ ਮਾਂ, ਸਭ ਨੂੰ ਹੀ ਆਪਣੀ ਮਾਂ ਬੋਲੀ ਤੇ ਫਖਰ ਹੋਣਾ ਚਾਹੀਦਾ ਤੇ ਫਿਰ ਅਸੀਂ ਪੰਜਾਬੀ ਹਾਂ ਤੇ ਅਸੀਂ ਵੀ ਆਪਣੀ ਜ਼ਬਾਨ ਤੇ ਫਖਰ ਕਰੀਏ। ਇਹ ਰਵੱਈਆ ਕਿਸ ਤਰ੍ਹਾਂ ਬਦਲਿਆ ਜਾ ਸਕਦਾ? ਇਹ ਸਭ ਤੋਂ ਵੱਡਾ ਦੇਖੋ, ਮੈਂ ਤੇ ਹਮੇਸ਼ਾ ਕਹਿ ਰਹੀ ਹਾਂ ਕਿ ਔਰਤਾਂ ਦਾ ਰੋਲ ਹੈ। ਦੇਖੋ ਨਾ, ਚਲੋ ਜੀ ਕਈ ਦਫ਼ਾ ਮਰਦ ਨੇ ਵੀ ਹੋਣਾ, ਮਗਰ ਔਰਤਾਂ ਜਿਹੜੀਆਂ ਨਾ ਬੱਚਿਆਂ ਨੂੰ ਆਪਣਿਆਂ ਨੂੰ ਜਿੱਥੇ ਅਸੀਂ ਕਹਿੰਦੇ ਕਿ ਸਾਡਾ ਬੱਚਾ ਸਭ ਤੋਂ ਬਿਹਤਰ ਅੰਗਰੇਜ਼ੀ ਬੋਲੇ, ਉੱਥੇ ਅਸੀਂ ਬਿਲਕੁਲ ਕਦੀ ਗੌਰ ਨਹੀਂ ਕਰਨੇ ਕਿ ਅਸੀਂ ਆਪਣੀ ਜਿਹੜੀ ਮਾਂ ਬੋਲੀ ਹੈ ਉਹਨੂੰ ਵੀ ਉਤਨਾ ਹੀ ਤਵੱਜੋ ਦੇਈਏ, ਬੱਚੇ ਨੇ ਅੱਗੇ ਉਹਨੂੰ ਹਕਾਰਤਨੀ ਨਜ਼ਰ ਨਾਲ ਨਾ ਦੇਖਿਆ ਜਾਏ, ਬਲਕਿ ਉਹਨੂੰ ਓਨ ਕੀਤਾ ਜਾਏ ਔਰ ਉਹਨੂੰ ਸੈਲੀਬ੍ਰੇਟ ਕੀਤਾ ਜਾਏ ਕਿ ਇਹ ਇੱਕ ਐਕਸਟਰਾ ਜਿਹੜੀ ਹੈ ਕੁਆਲਿਟੀ ਹੈ ਕਿ ਜਿਹੜੇ ਪੇਰੈਂਟਸ ਖੁਦ ਉਹਨਾਂ ਕੋਲ ਵੀ ਹੈ ਔਰ ਉਹ ਅੱਗੇ ਆਪਣੇ ਬੱਚਿਆਂ ਨੂੰ ਵੀ ਉਹ ਸਿਖਾ ਰਹੇ ਨੇ। ਇਹ ਜਦੋਂ ਤੱਕ ਮਾਂ ਨੀ ਗੋਦ ਤੋਂ ਨਹੀਂ ਮਿਲੇਗੀ ਨਾ ਅੱਗੇ ਬੱਚੇ ਨੂੰ, ਮੈਂ ਖੁਦ ਦੇਖਦੀ ਹਾਂ, ਮੇਰੀ ਭਾਂਜੀ ਹੈ ਉਹਨਾਂ ਬੇਟਾ ਹੈ 3 ਸਾਲ ਔਰ ਅਸੀਂ ਪੂਰਾ ਖਾਨਦਾਨ ਸਾਰੇ ਕੋਸ਼ਿਸ਼ ਕਰਨੇ ਹੈ ਕਿ ਅਸੀਂ ਉਸ ਦੇ ਨਾਲ ਇੰਗਲਿਸ਼, ਉਰਦੂ, ਪੰਜਾਬੀ ਬਯਕ ਵਕਤ ਤਿੰਨੋਂ ਜ਼ਬਾਨਾਂ ਬੋਲੀਏ ਔਰ ਉਹ ਬੱਚਾ ਬਿਲਕੁਲ 3-3.5 ਸਾਲ ਹੈ ਔਰ ਉਹ ਸਵਿਚ ਕਰਨਾ ਹੈ ਔਰ ਬੋਲਣਾ ਹੈ। ਸੋ ਆਈ ਮੇਰਾ ਖਿਆਲ ਹੈ ਕਿ ਅਸੀਂ ਇਸ ਤਰ੍ਹਾਂ ਇਸ ਪ੍ਰੋਗਰਾਮ ਕਰਕੇ ਲੋਕਾਂ ਨੂੰ ਕਹੀਏ ਕਿ ਇਸ ਵਿੱਚ ਕੋਈ ਹਰਜ ਨਹੀਂ ਹੈ, ਬਲਕਿ ਜਿਸ ਤਰ੍ਹਾਂ ਤੁਸੀਂ ਬੱਚੇ ਜੋ ਤੁਹਾਨੂੰ ਜੀਅਰ 7, 8, 9 ਜਾਣੇ ਨੇ ਔਰ ਫਰੈਂਚ ਔਰ ਜਰਮਨ ਜਾਂ ਸਪੈਨਿਸ਼ ਉਹਨਾਂ 'ਚੋਂ ਇੱਕ ਚੋਇਸ ਮਿਲਣਾ ਹੈ ਤੇ ਉਹ ਪੜ੍ਹਨੇ ਨੇ, ਤੁਸੀਂ ਕਿਉਂ ਉਹਨਾਂ ਨੂੰ ਆਪਣੀ ਗੋਦ ਤੋਂ ਹੀ ਸ਼ੁਰੂ ਤੋਂ ਹੀ ਸਿਖਾਉਂਦੇ ਪੰਜਾਬੀ? ਕਿਉਂਕਿ ਇਸ 'ਚ ਤੁਹਾਨੂੰ ਕੁਛ ਵੀ ਨਹੀਂ ਕਰਨਾ ਪਏਗਾ। ਜ਼ਬਾਨਾਂ ਦੇਖੋ ਨਾ, ਸਾਰੀਆਂ ਹੀ ਵਿਚਾਰੀਆਂ ਸਫ਼ਰ ਕਰ ਰਹੀਆਂ ਨੇ ਦੁਨੀਆਂ 'ਚ। ਮੰਨਿਆ ਜਾਏ ਕਿ ਸਭ ਤੋਂ ਪਹਿਲੀ ਜ਼ਬਾਨ ਜਿਹੜੀ ਵੱਡੀ ਹੈ, ਸਭ ਤੋਂ ਮਸ਼ਹੂਰ ਹੈ, ਜਿਹੜੀ ਪਾਪੂਲਰ ਆਲ ਓਵਰ ਦੁਨੀਆ ਸਮਝੀ ਜਾਣੀ, ਇੰਗਲਿਸ਼ ਹੈ। ਦੂਜੇ ਨੰਬਰ ਤੇ ਫ੍ਰੈਂਚ ਦੇਖੋ ਹੁਣ ਕਿੰਨੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਪੂਰਾ ਜਿਹੜਾ ਪੂਰੀ ਦੁਨੀਆ ਦਾ ਮਸਲਾ ਹੈ, ਮਗਰ ਅਸੀਂ ਲੋਕਾਂ ਨੂੰ, ਮੈਂ ਚਾਹਾਂਗੀ ਸਾਰੀਆਂ ਮਾਵਾਂ ਨੂੰ ਔਰ ਸਾਰੀਆਂ ਭੈਣਾਂ ਨੂੰ ਔਰ ਸਭ ਨੂੰ ਇਹ ਦਰਖਾਸਤ ਕਰਾਂਗੀ ਕਿ ਆਪਣੀ ਜ਼ਬਾਨ ਨੂੰ ਓਨ ਕਰੋ ਔਰ ਬੋਲੋ ਆਪਣੇ ਬੱਚਿਆਂ ਨਾਲ, ਉਹਨਾਂ ਨੂੰ ਇੱਕ ਬਿਲਕੁਲ ਸ਼ਰਮ, ਉਹਨਾਂ ਨੂੰ ਇਹ ਅਹਿਸਾਸ ਨਹੀਂ ਦਿਲਾਓ ਕਿ ਕੋਈ ਗਲਤ ਚੀਜ਼ ਹੈ, ਇੱਕ ਐਕਸਟਰਾ ਨੌਲੇਜ ਹੈ, ਇੱਕ ਐਕਸਟਰਾ ਯੂਨੋ ਖੂਬੀ ਹੈ ਜਿਹੜੀ ਤੁਹਾਡੇ ਬੱਚਾ ਕੱਲ ਕਿਤੇ ਵੀ ਜਾ ਕੇ ਜਦੋਂ ਉਹਨਾਂ ਨੂੰ ਫਾਰਮ ਫਿਲ ਕਰਨਾ ਪੈ ਰਿਹਾ ਤੇ ਤੁਸੀਂ ਲਿਖਦੇ ਹੋ ਕਿ ਇੱਕ ਜ਼ਬਾਨ ਉਹਨਾਂ ਨੂੰ ਹੋਰ ਆਉਣੀ ਹੈ ਜਿਹੜੀ ਬੋਲ ਸਕਦੇ ਨੇ, ਸਮਝ ਸਕਦੇ ਨੇ ਔਰ ਕਦੀ ਆਏਗਾ। ਮੇਰਾ ਖਿਆਲ ਹੈ ਮੇ ਬੀ ਮੇਰੇ ਟਾਈਮ ਹੀ ਤੇ ਨਹੀਂ, ਮੇਰੇ ਪੋਤੀ ਔਰ ਮੇਰੇ ਨੀਸ ਨੇ ਬੇਟੇ ਨੇ ਕਿ ਲੋਕ ਇਸ ਜ਼ਬਾਨ ਨੂੰ ਬਾਕੀ ਓਨ ਵੀ ਕਰਨਗੇ। ਕਰਨਗੇ ਮੈਂ ਇਸੇ ਵਜ੍ਹਾ ਨਾਲ ਜਿਹੜਾ ਇਹ ਅਸੀਂ ਕੋਸ਼ਿਸ਼ ਸ਼ੁਰੂ ਕੀਤੀ ਹੈ ਔਰ ਮਰਦਮਸ਼ੁਮਾਰੀ ਦਾ ਵੀ ਇੱਕ ਬਹਾਨਾ ਬਣ ਗਿਆ, ਲੇਕਿਨ ਬੇਸਿਕਲੀ ਤੇ ਇਹ ਵੇ ਕਿ ਅਸੀਂ ਅਸੀਂ ਬੀਇੰਗ ਅ ਪੰਜਾਬੀ ਸਾਡਾ ਵੀ ਰੋਲ ਬਣਦਾ ਹੈ ਕਿ ਅਸੀਂ ਆਪਣੀ ਜ਼ਬਾਨ ਨੂੰ ਪਹਿਲੇ ਤੇ ਜਿਸਾਂ ਅਸੀਂ ਆਪ ਓਨ ਕੀਤਾ ਹੈ। ਮੈਂ ਸਾਰੀ ਜ਼ਿੰਦਗੀ ਮਤਲਬ ਅੰਗਰੇਜ਼ੀ ਦੇ ਮਾਮਲੇ 'ਚ ਅੰਗਰੇਜ਼ੀ ਪੜ੍ਹਦੇ ਰਹੇ, ਅੰਗਰੇਜ਼ੀ ਪੜ੍ਹਾਉਂਦੇ ਰਹੇ, ਅੰਗਰੇਜ਼ੀ ਹਿਸਾਬ ਕਿਤਾਬ, ਲੇਕਿਨ ਤੁਸੀਂ ਯਕੀਨ ਕਰੋ ਕਿ ਇੱਥੇ ਆ ਕੇ ਜ਼ਿਆਦਾ ਮਹਿਸੂਸ ਹੋਇਆ ਔਰ ਦੂਜਿਆਂ ਨੂੰ ਦੇਖ ਕੇ ਕਿ ਜਦੋਂ
ਤੁਸੀਂ ਵੀ ਕਿਉਂਕਿ ਸਕੂਲ 'ਚ ਪੜ੍ਹਾਉਂਦੇ ਹੋ, ਮੇਰਾ ਵੀ ਤਾਲੁਕ ਰਿਹਾ ਹੈਗਾ, ਅਤੇ ਜਦੋਂ ਅਸੀਂ ਆਪਸ਼ਨਲ ਜ਼ਬਾਨਾਂ ਦੇ ਨਾਲ ਜਦੋਂ ਅਸੀਂ ਬਾਕੀ ਜ਼ਬਾਨਾਂ ਸਿੱਖ ਸਕਦੇ ਹਾਂ, ਤਾਂ ਅਸੀਂ ਆਪਣੀ ਮਾਂ ਬੋਲੀ ਕਿਉਂ ਨਾ ਸਿੱਖੀਏ? ਔਰ ਮਾਂ ਬੋਲੀ ਸਿੱਖਣ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਨੇ ਇਹ ਰਿਸਰਚ ਨੇ ਵੀ ਦੱਸਿਆ ਹੈਗਾ ਕਿ ਜਿਹੜਾ ਇੱਕ ਬੱਚਾ ਹੈ ਉਹ ਬਹੁਤ ਸਾਰੇ ਲਫ਼ਜ਼ ਨਿਕਾਰ, ਕਿਉਂਕਿ ਮਾਂ ਦੀ ਗੋਦ ਤੋਂ ਹੀ ਸਿੱਖ ਕੇ ਉਹ ਅੱਗੇ ਚੱਲਦਾ ਹੈ। ਮਤਲਬ ਬਿਲਕੁਲ, ਇਹ ਤੇ ਹੁਣ ਲੇਟੈਸਟ ਜਿਹੜੀ ਅਰਲੀ ਏਜ ਦੀ ਰਿਸਰਚ ਆ ਉਹਦੇ 'ਚ ਹੈ ਕਿ ਚਾਈਲਡ ਇਜ਼ ਨੋਟ ਅ ਪਲੇਨ ਮਾਈਂਡ, ਉਹਦੇ ਦਿਮਾਗ 'ਚ ਆਲਰੇਡੀ ਬਹੁਤ ਕੁਝ ਹੈਗਾ ਤੇ ਉਹ ਬਹੁਤ ਕੁਝ ਸਿੱਖ ਸਕਦਾ। ਤੇ ਆਕਸਫੋਰਡ ਦੇ ਵਿੱਚ ਤੁਸੀਂ ਜਿੰਨੇ ਤੁਹਾਡੀ ਇੰਟਰੈਕਸ਼ਨ ਹੁੰਦੀ ਹੈ ਪਾਕਿਸਤਾਨੀ ਕਰਾਨੀਆਂ ਨਾਲ, ਤੇ ਉਹਨਾਂ ਦਾ ਰਵੱਈਆ ਤੁਸੀਂ ਸਮਝਦੇ ਹੋ ਕਿ ਉਹ ਕੁਝ ਚੇਂਜ ਹੋ ਜਾਵੇਗਾ? ਹੋ ਰਿਹਾ ਔਰ ਹੋ ਗਿਆ ਔਰ ਹੋ ਜਾਏਗਾ, ਮਗਰ ਇਹ ਹੁਣ ਜਿਹੜਾ ਹੁਣ ਕੋਵਿਡ ਦੀ ਵਜ੍ਹਾ ਤੋਂ ਵੈਸੇ ਵੀ ਸਾਡਾ ਮਿਲਣਾ ਜੁਲਣਾ ਕਮ ਹੋ ਗਿਆ, ਮਗਰ ਜਿਹਨਾਂ ਲੋਕਾਂ ਨਾਲ ਰੱਖ ਰਖਾਅ ਹੋਇਆ, ਬੱਚੇ ਜਿਹਨਾਂ ਨੇ ਮੈਂ ਖੁਦ ਆਪਣੀ ਨਜ਼ਰਾਂ ਨਾਲ ਦੇਖਿਆ ਔਰ ਕਿਹਾ ਕਿ ਜਿਹਨਾਂ ਨੂੰ ਲੋਕਾਂ ਨਾਲ ਮਿਲਣਾ ਹੋਇਆ ਹੈ, ਉਹਨਾਂ ਨੇ ਬੱਚੇ ਹੁਣ ਓਨ ਕਰਨੇ ਜੋ ਵੀ ਜ਼ਬਾਨ ਹੈ, ਚਾਹੇ ਉਹਨਾਂ ਦੀ ਮਾਂ ਉਰਦੂ ਬੋਲਣੀ ਪੰਜਾਬੀ ਬੋਲਣੀ, ਮਗਰ ਇਹ ਕਿ ਪੰਜਾਬੀ ਹੋਰ ਜ਼ਰੂਰਤ ਹੈ, ਕੰਮ ਕਰਨ ਦੀ ਹੋਰ ਜ਼ਰੂਰਤ ਹੈ ਇਸ 'ਤੇ, ਕਿ ਇਹ ਜਿਹੜਾ ਸੈਂਸਸ ਆ ਰਹੇ ਅੱਛੀ ਅਪਰਚੁਨਿਟੀ ਹੈ ਕਿ ਸਾਰੇ ਲੋਕ ਇਹ ਅਵੇਅਰਨੈਸ ਨੂੰ ਅੱਗੇ ਫੈਲਾਵਣ ਔਰ ਮਿਲ ਕੇ ਐਸੇ ਗਰੁੱਪਸ ਬਣਾਏ ਜਾਣ ਔਰ ਜਿੱਥੇ ਲੋਕ ਜਿਸ ਤਰ੍ਹਾਂ ਤੁਹਾਡਾ ਹੈ ਪ੍ਰੋਗਰਾਮ ਵੀ, ਕਿ ਲੋਕਾਂ ਨੂੰ ਤਾਂ ਕਿ ਅਹਿਸਾਸ ਹੋਏ ਕਿ ਇਸ 'ਚ ਕੋਈ ਖਰਾਬੀ ਨਹੀਂ ਹੈ, ਕਿ ਆਪਣੀ ਜ਼ਬਾਨ ਨੂੰ ਓਨ ਕਰੋ ਔਰ ਆਪਣੇ ਵਾਸਤੇ ਆਪਣੇ ਬੱਚੇ ਵਾਸਤੇ ਉਹਨਾਂ ਨੂੰ ਇੱਕ ਐਕਸਟਰਾ ਜਿਹੜੀ ਚੀਜ਼ ਹੈ ਨੌਲੇਜ ਹੈ ਇੱਕ ਇਲਮ ਨਹੀਂ ਉਹ ਉਸ 'ਚ ਇਜ਼ਾਫਾ ਹੋ ਰਿਹਾ ਨਾ, ਤੇ ਉਸ ਤੋਂ ਪਿੱਛੇ ਹਟਣੇ ਦੀ ਕੋਈ ਜ਼ਰੂਰਤ ਨਹੀਂ ਹੈ। ਦੇਖੋ ਸਾਡੇ ਬੱਚੇ ਇੱਥੇ ਫ੍ਰੈਂਚ ਔਰ ਜਰਮਨ, ਜਿਸਾ ਮੇਰੇ ਆਪਣੇ ਬੱਚੇ ਨੇ ਜਰਮਨ ਵੀ ਸਿੱਖੀ, ਫ੍ਰੈਂਚ ਵੀ ਸਿੱਖੀ, ਪੰਜਾਬੀ ਘਰ ਦੇ ਵਿੱਚ ਵੀ, ਔਰ ਫਿਰ ਜਿਹੜੀ ਉਹਨਾਂ ਦਾ ਆਪਣਾ ਜਿਹੜਾ ਇੰਟਰੈਕਸ਼ਨ ਹੁੰਦਾ ਵੈ ਆਪਣੇ ਚੜ੍ਹਦੇ ਪੰਜਾਬ ਦੇ ਬਹੁਤ ਸਾਰੇ ਆਪਣੇ ਪੰਜਾਬੀ ਜਿਹੜੇ ਉਹਨਾਂ ਦੇ ਕਲਾਸ ਫੈਲੋ ਹੁੰਦੇ ਨੇ ਉਹਨਾਂ ਨਾਲ ਉਹ ਪੰਜਾਬੀ ਬੋਲਦੇ ਆ, ਮੈਂ ਬੜਾ ਇਹ ਗੱਲ ਨੂੰ ਐਪਰੀਸ਼ੀਏਟ ਕਰਾਂਗੀ ਕਿ ਆਪਣੇ ਸਾਡੇ ਜਿਹੜੇ ਸਿੱਖ ਭੈਣ ਭਰਾ ਨੇ ਔਰ ਸਿੱਖ ਫੈਮਿਲੀਜ਼ ਜਿਹੜੀਆਂ ਨੇ ਉਹ ਕੁਝ ਹੋ ਜਾਏ, ਉਹਨਾਂ ਨੇ ਪੰਜਾਬੀ ਹੀ ਬੋਲਣੀ ਹੈ। ਇਸੇ ਤਰ੍ਹਾਂ ਅਸੀਂ ਲੋਕ ਉਰਦੂ ਵੀ ਬੋਲੋ, ਉਰਦੂ ਵੀ ਸਿੱਖੋ, ਬਾਕੀ ਚੀਜ਼ਾਂ ਵੀ ਸਿੱਖੋ, ਲੇਕਿਨ ਇੱਕ ਐਡੀਸ਼ਨਲ ਜਿਹੜੀ ਹੈ ਜ਼ਬਾਨ ਆਪਣੀ ਜ਼ਬਾਨ ਦੇ ਉੱਤੇ ਤੇ ਹੋਣਾ ਚਾਹੀਦਾ। ਬਾਕੀ ਜਿਹੜੇ ਲੋਕ ਹਨ ਨਾ ਜਿਹਨਾਂ ਦੇ ਬੱਚੇ ਪ੍ਰਾਇਮਰੀ ਸਕੂਲ ਚ ਜਾਂ ਮਿਡਲ ਸਕੂਲ ਚ, ਦੇਖੋ ਤੁਸੀਂ ਯਾਦ ਹੋਏਗਾ 2000 ਔਰ ਇਵਨ ਲੇਟ 90s ਇਹ ਥੋੜਾ ਟ੍ਰੈਂਡ ਚੱਲਿਆ ਸੀ ਕਿ ਆਪਣੇ ਬੱਚੇ ਨੂੰ ਇੱਕ GCSE ਨਾ ਇੱਕ ਸਬਜੈਕਟ ਫਾਲਤੂ ਪਾਸ ਕਰਾਣੇ, ਤੁਸੀਂ ਉਹਨਾਂ ਨੂੰ ਉਰਦੂ GCSE ਕਰਾਓ, ਤੇ ਅਗਰ ਦੇਖੋ ਨਾ ਲੋਕ ਅਗਰ ਉਰਦੂ GCSE ਕਰਕੇ ਆਪਣੇ ਮਾਰਕਸ ਵਧਾ ਰਹੇ ਨੇ ਤੇ ਇੱਕ ਹੋਰ ਜ਼ਬਾਨ ਉਸ ਕਰਿਕੁਲਮ ਵਿੱਚ ਸ਼ਾਮਿਲ ਕਰਨੇ 'ਚ ਕੋਈ ਹਰਜ ਤੇ ਨਹੀਂ ਹੈ, ਪੰਜਾਬੀ ਬਿਲਕੁਲ ਅਗਰ ਪੜ੍ਹਾਈ ਜਾਏ ਔਰ ਪੰਜਾਬੀ 'ਚ ਇਤਨਾ ਦੇਖੋ ਨਾ ਲਿਟਰੇਚਰ ਹੈ ਕਿ ਈਵਨ ਬੇਸਿਕ ਲੈਂਗੁਏਜ ਜਿਹੜੀ ਹੈ ਉਰਦੂ 'ਚ ਵੀ ਤਾਂ ਬੇਸਿਕ ਉਹ ਹੀ ਹੈ ਨਾ, ਕਿ ਜਿਹੜਾ ਉਰਦੂ ਬੋਲਣਾ ਸਿੱਖੋ, ਲਫ਼ਜ਼ ਦਾ ਜਿਹੜਾ ਹੈ ਪ੍ਰੋਨਾਊਂਸੀਏਸ਼ਨ ਸਿੱਖੋ ਔਰ ਲਿਖਣਾ ਸਿੱਖੋ ਜਾਂ ਬੋਲਣਾ ਸਿੱਖੋ, ਤੇ ਉਹ ਇਸ 'ਚ ਵੀ ਤਾਂ ਹੋ ਸਕਣਾ, ਤੇ ਇਸ ਤਰ੍ਹਾਂ ਸਕੂਲਾਂ 'ਚ ਵੀ ਕੋਈ ਥੋੜ੍ਹੀ ਜਿਹੀ ਮੁਹਿੰਮ ਚਲਾਈ ਜਾ ਸਕਦੀ ਕਿ ਅਗਰ ਜਿੱਥੇ ਚੋਇਸ ਹੋਏ ਬਾਕੀ ਜ਼ਬਾਨਾਂ ਨਾਲ ਤੇ ਉੱਥੇ ਪੰਜਾਬੀ ਨੇ ਵੀ ਜਾਂ ਕੋਈ ਵੀ ਰੀਜਨਲ ਲੈਂਗੁਏਜ ਜਿਹੜੀ ਹੈ ਉਸ 'ਚ ਨਾ ਹੋਣਾ ਚਾਹੀਦਾ। ਅੱਛਾ, ਜਿਸ ਤਰ੍ਹਾਂ ਤੁਸੀਂ ਲੋਕਲ ਸਕੂਲ 'ਚ ਪੜ੍ਹਾ ਵੀ ਰਹੇ ਹੋ ਹੁਣ, ਤੇ ਮੈਂ ਜਾਣਨਾ ਚਾਹਾਂਗੀ ਅਗਰ ਕੋਈ ਮੁਹਿੰਮ ਅਸੀਂ ਸਕੂਲ ਦੇ ਐਂਡ ਦੇ ਉੱਤੇ ਚਲਾਉਣਾ ਚਾਹੀਦਾ, ਤੁਹਾਡਾ ਕੀ ਖਿਆਲ ਹੈ, ਕੀ ਕੀ ਕਰ? ਮੇਰੇ ਖਿਆਲ ਹੈ ਪਹਿਲੇ ਲੋਕਾਂ ਨੂੰ ਇੱਥੇ ਦੇਖਣਾ ਚਾਹੀਦਾ ਹੈ ਕਿ ਜਿਹੜੀ ਫੈਮਿਲੀਜ਼ ਹੈ ਨੇ ਜਿਹਨਾਂ ਦੇ ਬੱਚੇ ਪ੍ਰਾਇਮਰੀ ਮਿਡਲ ਸਕੂਲ ਵਿੱਚ ਪੜ੍ਹ ਰਹੇ ਨੇ, ਕਿ ਕਿਆ ਉਹਨਾਂ ਨੂੰ ਕੋਈ ਹੈ ਰੁਝਾਨ ਕਿ ਉਹ ਦੇਖਣਾ ਚਾਹ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਪੜ੍ਹਨਾ ਚਾਹੁਣ, ਤੇ ਫਿਰ ਸਕੂਲਾਂ 'ਤੇ ਜ਼ਰੂਰ ਲੋਕਲ ਐਜੂਕੇਸ਼ਨ ਅਥਾਰਿਟੀ ਹੈ ਉਹਨਾਂ ਨੂੰ ਲਿਖ ਕੇ ਕੀਤਾ ਜਾ ਸਕਦਾ ਹੈ ਕਿ ਇਤਨੀ ਫੈਮਿਲੀਜ਼ ਹਨ, ਲੋਕ ਇੰਟਰਸਟਿਡ ਹੈਗੇ ਔਰ ਇਹ ਤਾਂ ਹੁਣ ਸੈਂਸਸ ਤੋਂ ਪਤਾ ਚੱਲੇਗਾ ਨਾ ਕਿ ਕਿੰਨੇ ਪੰਜਾਬੀ ਲੋਕ ਕਿਤਨੀ ਆਪਣੇ, ਤੇ ਇਹਨੂੰ ਅੱਗੇ ਲਿਜਾ ਕੇ ਆਈ ਥਿੰਕ ਦੈਟ ਵਿਲ ਬੀ ਯੂਨੋ ਬਿਹਤਰ ਉਸ ਵਿੱਚ ਮੂਵਮੈਂਟ, ਕਿ ਲੋਕਾਂ ਨੂੰ ਬੱਚਿਆਂ ਨੂੰ ਖੁਦ ਅਹਿਸਾਸ ਹੋਏ ਕਿ ਜਿਸ ਤਰ੍ਹਾਂ ਉਹ ਅਗਰ ਸਪੈਨਿਸ਼ ਪੜ੍ਹ ਰਹੇ ਨੇ, ਜਰਮਨ ਪੜ੍ਹ ਰਹੇ ਨੇ, ਅਗਰ ਉਹਨਾਂ ਨੇ ਸਾਲ 2 ਸਾਲ ਪੰਜਾਬੀ ਜਾਂ ਉਰਦੂ ਜਾਂ ਸਿੰਧੀ ਜਾਂ ਪਸ਼ਤੋ ਪੜ੍ਹ ਲਈ, ਤਾਂ ਉਸ ਵਾਸਤੇ ਉਹਨਾਂ ਦੇ ਇਲਮ ਵਿੱਚ ਇਜ਼ਾਫਾ ਹੋਏਗਾ। ਅੱਛਾ, ਇਹ ਮੈਂ ਤਾਂ ਵਾਸਤੇ ਵੀ ਤੁਹਾਨੂੰ ਸਭ ਤੋਂ ਪਹਿਲੇ ਮਰਦਮਸ਼ੁਮਾਰੀ ਦੇ ਇਸ ਆਪਣੇ ਸ਼ੋਅ ਦੇ ਵਿੱਚ ਇਸ ਲਈ ਵੀ ਲਿਆ ਕਿਉਂਕਿ ਮੈਂ ਚਾਹ ਰਹੀ ਸਾਂ ਕਿ ਤੁਸੀਂ ਇੱਕ ਵੈਲ ਐਜੂਕੇਟਡ, ਇੱਕ ਬਹੁਤ ਮਤਲਬ ਕਿ ਇੱਕ ਤੇ ਆਕਸਫੋਰਡ ਗਾਰਡ ਹੈ, ਮਤਲਬ ਕਿ ਬਹੁਤ ਪੜ੍ਹੇ ਲਿਖੇ ਲੋਕਾਂ ਦਾ, ਦੂਜਾ ਤੁਸੀਂ ਖੁਦ ਬਹੁਤ ਤੁਹਾਡਾ ਰੁਝਾਨ ਜਿਹੜਾ ਵਾ ਪੜ੍ਹਾਈ ਲਿਖਾਈ ਵੱਲ, ਦੂਜੀਆਂ ਜ਼ਬਾਨਾਂ ਵੱਲ, ਆਪਣੀ ਜ਼ਬਾਨ ਵੱਲ, ਤੀਸਰਾ ਕਿ ਜਿਹੜਾ ਤੁਸੀਂ ਆਪਣੇ ਚਕਵਾਲ ਦੀ ਜਿਹੜੀ ਬੋਲੀ ਬੋਲਦੇ ਕਿੰਨੀ ਮਿੱਠੀ ਹੈ। ਥੈਂਕ ਯੂ, ਮਿੱਠੀ ਜ਼ਬਾਨ ਹੈ। ਅੱਛਾ, ਮੈਨੂੰ ਤੇ ਜਿਹੜਾ ਵੀ ਲੈ ਜਾਏ ਨਾ ਪੰਜਾਬੀ ਦਾ ਮੁਖਤਲਿਫ ਮਤਲਬ ਚੰਗ ਦਾ ਇੱਕ ਹੋਰ ਲੈ ਜਾਏ,
ਸਾਡਾ ਲੋਰੀ ਜਿਹੜਾ ਮੇਰਾ ਲੈ ਜਾਓ ਬਿਲਕੁਲ ਹੀ ਹੋਰ ਹੈ, ਮੇਰਾ ਕੁਝ ਕੁਝ ਉਰਦੂ ਤੇ ਪੰਜਾਬੀ ਮਿਕਸ ਜਿਹਾ ਹੈ ਮਤਲਬ, ਲੇਕਿਨ ਮੈਂ ਉਹਦੇ ਤੇ ਵੀ ਮਤਲਬ ਮੈਂ ਆਮ ਸੋ ਪ੍ਰਾਊਡ ਆਫ ਦੈਟ ਕਿ ਐਟਲੀਸਟ ਮੈਂ ਬੋਲਦੀ ਪਈ ਆ। ਤੁਹਾਨੂੰ ਪਤਾ ਮੈਨੂੰ ਦੇ ਤੇ ਉਹ ਦੋ ਦੋ ਅੱਖਾਂ ਵਾਲੀ ਹੇ ਦਾ ਮੈਨੂੰ ਨਹੀਂ ਸੀ ਪਹਿਲੇ ਪਹਿਚਾਣ, ਮੈਂ ਖੁਦ ਬਹੁਤ ਕੁਝ ਸਿੱਖ ਰਹੀ ਆ ਨਾ ਨਾਲ, ਕਈ ਚੀਜ਼ਾਂ ਦਾ ਨਹੀਂ ਪਤਾ। ਮੈਂ ਜਦੋਂ ਪੰਜਾਬੀ ਲਿਖਦੀ ਨਹੀਂ ਆ ਤੇ ਕਈ ਜਿਹੜੇ ਪੰਜਾਬੀ ਦੋਸਤ ਆ ਉਹਨਾਂ ਕੋਲੋਂ ਸਲਾਹ ਵੀ ਲੈਣੀ ਹੈ, ਲੇਕਿਨ ਮੈਨੂੰ ਖੁਦ ਕਈ ਚੀਜ਼ਾਂ ਦਾ ਨਹੀਂ ਸੀ ਪਤਾ ਕਿਉਂਕਿ ਮੈਂ ਉਸ ਤਰ੍ਹਾਂ ਲਿਖੀ ਨਹੀਂ ਸੀ। ਔਰ ਇਹ ਸਿੱਖਣ ਵਾਲਾ ਮਰਹਲਾ ਵੀ ਬਹੁਤ ਅੱਛਾ ਲੱਗਦਾ। ਤੁਸੀਂ ਇਹ ਦੱਸੋ ਕਿ ਇਹ ਜਿਹੜਾ ਤੁਸੀਂ ਆ ਕੇ ਇੱਥੇ ਵਸੇ ਹੋ ਔਰ ਸਭ ਕੁਝ, ਤੇ ਤੁਸੀਂ ਆਪਣਾ ਜਿਹੜਾ ਚਕਵਾਲ ਦਾ ਲਹਿਜਾ ਪੰਜਾਬੀ ਦਾ ਉਹਨੂੰ ਤੁਸੀਂ ਹੁਣ ਵੀ ਬੋਲ ਕੇ ਕੀ ਆਪਣੀ ਜੁੜਤ ਮਹਿਸੂਸ ਕਰਦੇ ਹੋ ਕੋਈ ਆਪਣੀਆਂ ਜੜਾਂ ਦੇ ਨਾਲ? ਬਿਲਕੁਲ ਜੀ, ਜੁੜੇ ਹੋਏ ਮਹਿਸੂਸ ਕਰਨੇ ਆ, ਔਰ ਬਲਕਿ ਮੈਨੂੰ ਜ਼ਿਆਦਾ ਇਹ ਖੁਸ਼ੀ ਹੋਣੀ ਕਿ ਮੇਰੇ ਬੱਚੇ ਜਿਹੜੇ ਨੇ ਉਹ ਮੇਰੇ ਤੋਂ ਬਿਹਤਰ ਪੰਜਾਬੀ ਬੋਲਣੇ, ਔਰ ਸਪੈਸ਼ਲੀ ਮੇਰੀ ਬੇਟੀ ਜਿਹੜੀ ਹੈ, ਔਰ ਉਹਨਾਂ ਨੂੰ ਹਾਂ ਔਰ ਉਹਨਾਂ ਨੂੰ ਯਾਨੀ ਬੱਚਿਆਂ ਨੂੰ ਇਸ 'ਤੇ ਫਖਰ ਹੈ, ਔਰ ਉਹ ਜਿੰਨੇ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਵੈਸੇ ਜਦੋਂ ਪਾਕਿਸਤਾਨ ਜਾਂਦੇ ਨੇ ਜਾਂ ਵੈਸੇ ਇੱਥੇ ਆਪਣੇ ਦੋਸਤਾਂ ਨੂੰ ਮਿਲਣੇ ਤਾਂ ਉਹਨਾਂ ਨੂੰ ਪੰਜਾਬੀ ਬੋਲਣੇ 'ਚ ਕੋਈ ਦਿੱਕਤ ਨਹੀਂ ਹੋਣੀ, ਉਹ ਬਲਕਿ ਉਸਨੂੰ ਸੈਲੀਬ੍ਰੇਟ ਕਰਨੇ, ਬਲਕਿ ਜਦੋਂ ਮਜ਼ਾਕ ਕਰਨਾ ਹੋਵੇ ਤੇ ਬੱਚੇ ਸਾਡੇ ਨਾਲ ਪੰਜਾਬੀ ਚ ਹੀ ਕਰਨੇ, ਉਹਨਾਂ ਦੋਨਾਂ ਨੂੰ ਪਤਾ ਹੈ ਕਿ ਜਦੋਂ ਸਾਡੀ ਮਾਂ ਨੂੰ ਗੁੱਸਾ ਆਉਣਾ ਤਾਂ ਸਾਡੇ ਨਾਲ ਪੰਜਾਬੀ ਚ। ਅੱਛਾ ਦੇਖੋ ਇਹ ਬੜੀ ਖਾਸ ਗੱਲ ਹੈ ਕਿ ਮੈਨੂੰ ਵੀ ਜਦੋਂ ਥੋੜਾ ਜਿਹਾ, ਤੁਹਾਨੂੰ ਪਤਾ ਸਾਡੇ ਆਪਣੀਆਂ ਪੰਜਾਬੀਆਂ ਮਾਵਾਂ ਦਾ ਇੱਕ ਆਪਣਾ ਹੀ ਇੱਕ ਨਾ ਇੱਕ ਚੀਜ਼ ਹੁੰਦੀ ਹੈ ਨਾ ਸਾਡਾ ਮਾਵਾਂ ਦਾ ਕਿ ਜਦੋਂ ਗੁੱਸਾ ਚੜੇਗਾ ਨਾ। ਅੱਛਾ ਮੈਂ ਵੀ ਜਦੋਂ ਕੋਈ ਗੁੱਸਾ ਚੜਿਆ, ਮੇਰਾ ਬੇਟਾ ਇਹ ਕਹਿੰਦਾ ਹੈ ਕਿ ਮਾਮ ਨੂੰ ਜਦੋਂ ਗੁੱਸਾ ਚੜੇ ਨਾ, ਜਦੋਂ ਪੰਜਾਬੀ ਚ ਮਾਂ ਨੇ ਕੋਈ ਗੱਲ ਕਹਿਣੀ ਹੈ ਦਾ ਮਤਲਬ ਹੈ ਕਿ ਹੁਣ ਸਹੀ ਵੱਲੋਂ ਚੜਿਆ, ਤੇ ਉਹ ਗੱਲ ਮਾਂ ਉਹ ਐਵੇਂ ਲੱਗਣਾ ਕਿ ਉਸੇ ਚ ਕੋਈ ਥੋੜਾ ਜਿਹਾ ਭਾਰ ਆ ਗਿਆ, ਕੋਈ ਵਜ਼ਨ ਆ ਗਿਆ, ਭਾਰ ਆ ਗਿਆ। ਤੁਸੀਂ ਦੇਖੋ ਨਾ ਤੁਸੀਂ ਜਿਸ ਤਰ੍ਹਾਂ ਲਫ਼ਜ਼ ਕਿਹਾ ਕਿ ਭਾਰ ਆ ਗਿਆ, ਮੈਂ ਕਹਿੰਦੀ ਪਈ ਹਾਂ ਭਾਰ ਆ ਗਿਆ, ਲੇਕਿਨ ਦੋਵੇਂ ਕਿੰਨੇ ਮਿੱਠੇ ਲਫ਼ਜ਼ ਨੇ। ਬਿਲਕੁਲ ਹਾਂ, ਤੇ ਜਾਂ ਤੁਸੀਂ ਮਤਲਬ ਮੈਂ ਅਗਰ ਕੋਈ ਕੋਈ ਐਸੀ ਕੋਈ ਥੋੜਾ ਮਾਹੌਲ ਬਣਾਉਣ ਲਈ ਜਾਂ ਬੱਚਿਆਂ ਨਾਲ ਜਾਂ ਆਪਣੇ ਦੋਸਤਾਂ ਨਾਲ ਕੋਈ ਹੰਸੀ ਮਾਹੌਲ ਦੀ ਗੱਲ ਕਰਨੀ ਹੈ, ਉਹ ਵੀ ਤੁਸੀਂ ਆਪਣੀ ਮਾਂ ਬੋਲੀ ਚ ਜਦੋਂ ਕਰਦੇ ਆ ਨਾ ਉਹਦਾ ਮਜ਼ਾ ਹੀ ਕੁਝ ਹੋਰ। ਬਿਲਕੁਲ ਬਿਲਕੁਲ ਹੈ ਨਾ, ਤੇ ਇਹ ਮੈਂ ਨੋਟ ਕੀਤਾ ਕਿ ਪਾਕਿਸਤਾਨ ਵੀ ਜਦੋਂ ਇਵਨ ਮੈਂ ਚਕਵਾਲ ਤਲਗੰਗ ਵਗੈਰਾ ਜਾਣੀ ਹੈ ਤੇ ਮੈਂ ਨੋਟ ਕਰਨੀ ਹੈ ਕਿ ਬੱਚੇ ਜਿਹੜੇ ਨਵੀਂ ਜਨਰੇਸ਼ਨ ਹੈ ਜਿਹੜੇ ਟੀਨੇਜਰਸ ਨੇ ਜਾਂ ਅਰਲੀ 20ਸ ਵਿੱਚ ਨੇ, ਬੜਾ ਸੈਡ ਹੈ ਕਿ ਉਹ ਉਹਨਾਂ ਨੂੰ ਇਹ ਹੋਣੀ ਕੋਸ਼ਿਸ਼ ਹੋਣੀ ਚਲੋ ਇੰਗਲਿਸ਼ ਤੋਂ ਬੋਲਣ ਕਿ ਉਹ ਸਮਝ ਕੇ ਅਸੀਂ ਇੱਥੋਂ ਗਏ ਹਾਂ ਤੇ ਉਹਨਾਂ ਨੇ ਇੰਗਲਿਸ਼ ਆਪਣੀ ਥੋੜੀ ਸੀ ਦਿਖਾਣੀ ਕਿ ਉਹਨਾਂ ਨੂੰ ਆਉਣੀ ਹੈ, ਮਗਰ ਉਹ ਬੱਚੇ ਵਿਚਾਰੇ ਜਿਹੜੇ ਨੇ ਉਹ ਪੰਜਾਬੀ ਨਹੀਂ ਬੋਲ ਸਕਦੇ। ਦੈਟਸ ਰੀਅਲੀ ਸੈਡ, ਅਸੀਂ ਇੱਥੋਂ ਨਹੀਂ ਗੱਲ ਕਰ ਰਹੇ ਹਾਂ ਨਾ, ਇਹ ਮੇਰੇ ਹਾਲੇ ਅਸੀਂ ਲੋਕਾਂ ਨੂੰ ਜਿਹੜਾ ਨਾ ਜ਼ਿਆਦਾ ਅਵੇਅਰਨੈਸ ਜਾਂ ਜੋ ਵੀ ਹੈ ਜ਼ਰਾ ਸਾਡੇ ਜ਼ਮੀਰ ਨੂੰ ਜੋੜਿਆ ਜਾਏ ਕਿ ਇਸ 'ਚ ਕੋਈ ਹਰਜ ਨਹੀਂ ਹੈ ਕਿ ਤੁਸੀਂ ਆਪਣੀ ਜ਼ਬਾਨ ਨੂੰ ਬੋਲਣ 'ਚ ਤੁਹਾਡੀ ਕੋਈ ਇਸ 'ਚ ਨਹੀਂ ਹੋਏਗਾ ਕਿ ਮਸਲਾ ਹੋਏਗਾ। ਇੱਕ ਇੱਥੇ ਆਕਸਫਰਡ 'ਚ ਮੇਰੇ ਹਾਲੇ ਨੁਜ਼ਰਤ ਜੀ ਵੀ ਸਨ ਅਤੇ ਮਹਿਫਿਲ ਸੀ ਕੋਈ ਅੱਜ ਤੋਂ 27-28 ਸਾਲ ਪਹਿਲੇ ਦੀ ਗੱਲ ਹੈ, ਤੇ ਉਹ ਕੋਈ ਪੀ ਐਚ ਡੀ ਸਕਾਲਰ ਸਨ ਇੱਥੇ ਆਕਸਫਰਡ 'ਚ ਆਏ ਸਨ ਅਤੇ ਅਸੀਂ ਵੀ ਸਾਂ, ਅਤੇ ਉੱਥੇ ਇੱਕ ਕਰਾਚੀਨੀ ਫੈਮਿਲੀ ਸੀ ਅਤੇ ਉਹ ਕਹਿ ਰਹੇ ਸਨ ਕਿ ਕੋਈ ਗੱਲ ਹੋ ਰਹੀ ਸੀ ਉਹ ਪੰਜਾਬੀਆਂ 'ਤੇ ਗੱਲ ਆ ਗਈ, ਉਹ ਉਹਨਾਂ ਨੇ ਓਪਨਲੀ ਯਾਨੀ ਉਸ ਔਰਤ ਨੇ, ਮੈਂ ਹੈਰਾਨ ਹੋਣੀ ਹਾਂ ਅੱਜ ਤੱਕ, ਕਿਹਾ ਕਿ ਪੰਜਾਬੀ 'ਤੇ ਕੋਈ ਇਤਨੇ ਐਜੂਕੇਟਡ ਲੋਕ ਨਹੀਂ ਸਮਝੇ ਜਾਂਦੇ, ਬਲਕਿ ਸਾਡੇ ਕਰਾਚੀ 'ਚ ਕਿਹਾ ਜਾਂਦਾ ਕਿ ਪੰਜਾਬੀ ਡੱਗੇ ਹੋਣੇ ਨੇ। ਚਲੋ ਠੀਕ ਹੈ ਫਿਰ, ਖਰ ਦਿਮਾਗ ਵਾਲੇ ਇਸ ਕਮਰੇ ਚ ਵੀ ਤੁਸੀਂ ਦੇਖ ਲਓ ਕਿ 6 ਤੋਂ 7 PhD, 6 ਤੋਂ 7 PhD ਔਰ ਸਾਰੇ ਨੇ ਸਾਰੇ ਪੰਜਾਬੀ ਹੈ, ਔਰ ਜਿਹੜੇ ਹੋਸਟ ਸਨ ਉਹ ਖੁਦ ਪੰਜਾਬੀ ਸਨ, ਉਹਨਾਂ ਦੀ ਵਾਈਫ ਜਿਹੜੀ ਬੇਚਾਰੀ ਹੁਣ ਤਾਂ ਫੋਤ ਹੋ ਗਈ, ਉਹ ਉਰਦੂ ਸਪੀਕਿੰਗ ਸਨ, ਮਗਰ ਹੋਸਟ ਜਿਹਨਾਂ ਦੇ ਘਰ ਸਨ ਸੀ ਸਾਰੇ ਉਹ ਖੁਦ ਜਿਹੜੇ ਉਹ ਪੰਜਾਬੀ ਸਨ, ਔਰ PhD ਕਰਕੇ ਔਰ ਸੇਂਟ ਐਥਨੀਸ ਵਿੱਚ ਉਹ ਆਏ ਸਨ। ਅਤੇ ਇਸ ਤਰ੍ਹਾਂ ਦੇ ਲੋਕ ਦੇਖਣ, ਜਦ ਤੁਹਾਨੂੰ ਇਤਨਾ ਅਹਿਸਾਸ ਦਿਲਾਇਆ ਕਿ ਤੁਹਾਨੂੰ ਇਤਨਾ ਡਾਊਨਗ੍ਰੇਡ ਕਰਨ, ਤਾਂ ਸਾਨੂੰ ਖੁਦ ਚਾਹੀਦਾ ਨਾ ਕਿ ਫਿਰ ਅਸੀਂ ਇਹਨੂੰ ਆਪਣੇ ਆਪ ਨੂੰ ਸਮਝੀਏ ਔਰ ਆਪਣੀ ਜ਼ਬਾਨ ਨੂੰ ਸਮਝੀਏ ਔਰ ਆਪਣੀ ਜ਼ਬਾਨ ਨੂੰ ਖੁਦ ਪਿਆਰ ਕਰਾਂਗੇ ਅਤੇ ਦੂਸਰੇ ਲੋਕ ਵੀ ਜ਼ਬਾਨ ਨਾਲ ਦੋਸਤੀ ਔਰ ਪਿਆਰ ਔਰ ਇਹਨੂੰ ਕੁਛ ਸਮਝਣਗੇ। ਜਦੋਂ ਅਸੀਂ ਖੁਦ ਹੀ ਇਸਨੂੰ ਨਹੀਂ ਸਮਝ ਸਕੇ ਤੇ ਫਿਰ ਦੂਜਿਆਂ ਤੋਂ ਅਸੀਂ ਕੀ ਗਿਲਾ ਸ਼ਿਕਵਾ ਕਰੀਏ। ਹਾਂ ਬਿਲਕੁਲ ਤੁਸੀਂ ਸਹੀ ਗੱਲ ਕਹੀ, ਲੇਕਿਨ ਨਿਕਲ ਜੀ ਇਹ ਵੀ ਹੈ ਕਿ ਇਹ ਕਿਸੇ ਇੰਡੀਵਿਜੂਅਲ ਦਾ ਨਾ ਇੱਕ ਆਪਣੀ ਪਰਸਨਲ ਓਪੀਨੀਅਨ ਵੀ ਹੋ ਸਕਦੀ ਹੈ,
और अज भी ए नहीं कि एक उस 27-28 साल पहले गल हो गई थे हूँ नहीं है, अजकल भी ये गल है क्योंकि वो इस तरह इंडिविजुअल तो साढ़े देखो साढ़े पूरे मुआशरा कुत्ते भी हुए उंज हों, लेकिन मैनू यह भी तजुर्बा है कि साढ़े बहुत सारे कराची के ही दोस्त जड़े ने मैनू इन्ना एप्रीशिएट करते हैं, इन्ना एप्रीशिएट करते हैं कि शुगुफ्ता तुसी किस तरह अपनी पंजाबी बैठक भी चला रहे हो और पंजाबी जबान अपनी माँ बोली जरा प्रमोट कर रहे हो वो अपने ही साढ़े जड़े उर्दू स्पीकिंग दोस्त ने यकीन करो खुले दिल न जिद मैं मतलब दो चार नाम ही लेना चाहवागी यूसुफ इब्राहिम ने साडे लंडन उर्दू वाइस के चेयरमैन ने वह हमेशा मैं फीडबैक देंगे ने फोन करके हुमा प्राइस ने और बाद हुमा प्राइस के नाल जिन्ने साडे वो दिल्ली के ने और उस तो अलावा जरा ना तलब दिल है वह हमेशा एप्रीशिएट कर रही हूँ हालांकि वह खुद बहुत मतलब उर्दूदान है उस तो अलावा बहुत सारे साडे जड़े ने मतलब बेशुमार मैं हूँ जिदा ना नहीं भी लै रही मैनू प्लीज माफ कर दे, लेकिन एक ए नाल नाल ऐसे लोग भी ने जिन्होंने कहा कि लो आप तो अच्छी खासी इतनी अच्छी उर्दू बोलती हैं, आप तो इतनी अच्छी इंग्लिश बोलती हैं, आपको क्या पढ़ा कि आप पंजाबी के पीछे पढ़ गई, तो ये थोड़ी गल बिल्कुल ठीक है और मैं अपने व्यूज में भी यह गल कहूँगी कि जो तक असी अपने आप उस चीज़ को ओन करके उसे पर फख्र नहीं करांगे क्योंकि साड़ी ते मेरी ते माँ ने मैं ना पंजाबी बोली ना थोड़ी भी माँ प्यो ने बोलिया ना और फिर किते किते पढ़ाइया वास्ते पेज भी दिता और किना किना असी पढ़िया सारा कुछ ही दूजिया जबाना में अपनिया में। अच्छा मैं इतने यह भी कहूँगी क्योंकि गल ये हुई है तो मैं दसना चाहवागी कि तुसी अपना थोड़ा जहा तालीमी सफर जरूर दसो क्योंकि तला गांव चो एक निगत मलिक उस एरिए चो किस तरीके नाल वो एक एक ऐसी पंजाबी एक ऐसी पंजाबन जड़ी के कितने अमरीका तक फिर के आई और कितने मैनू अपना तालीमी सफर जरूर दसो क्योंकि मैं चाहनी हाँ कि नाजरीन नू पता चले कि पंजाबना किन्नी किन्नी स्ट्रगल करके कितने कितने झंडे गाड़ के आंदे आ। नहीं मेरा तलक ते तलागंग तो है सो मैं तलागंग च अपनी मिडिल और हाई स्कूल ਕੀਤਾ ਫਿਰ ਮੈਂ 2 ਸਾਲ ਕਾਲਜ ਵਿੱਚ ਇੰਟਰਮੀਡੀਏਟ ਕਰਕੇ ਇਗਜ਼ਾਮ ਦੇ ਕੇ ਅਤੇ ਫਿਰ ਮੇਰੀ ਸ਼ਾਦੀ ਨਾ ਹੋ ਗਿਆ ਅਤੇ ਸ਼ਾਦੀ ਮੇਰੀ ਟੈਲੀਫੋਨ 'ਤੇ ਹੋਈ ਮੇਰੇ ਹਸਬੈਂਡ ਆਲਰੇਡੀ ਅਮੈਰੀਕਾ 'ਚ PhD ਕਰ ਰਹੇ ਸਨ ਅਤੇ ਉਹਨਾਂ ਨੇ ਸੋਚਿਆ ਕਿ ਉਹਨਾਂ ਦਾ ਜ਼ਿੰਦਗੀ ਨੇ ਜਿਹੜੇ ਸਾਥੀ ਹੈ ਉਹ ਵੀ ਉਹਨਾਂ ਨੂੰ ਜੁਆਇਨ ਕਰੇ ਔਰ ਫਿਰ ਜੋ ਵੀ ਸਰਕਮਸਟਾਂਸਿਸ ਹੋਏ ਸਾਡੀ ਟੈਲੀਫੋਨ 'ਤੇ ਉੱਧਰ ਵੀ ਇੱਕ ਮੌਲਵੀ ਸਾਹਿਬ ਬੈਠੇ ਸਨ ਅਤੇ ਇੱਕ ਤਲਗਾਂਗੇ 'ਚ ਮੌਲਵੀ ਸਾਹਿਬ ਬੈਠੇ ਸਨ ਅਤੇ ਉਸ 'ਤੇ ਉਹਨਾਂ ਦੋਵਾਂ ਨੇ ਹਾਂ ਸੁਣ ਕੇ ਅਤੇ ਸਾਡੀ ਸ਼ਾਦੀ ਦੇ ਪੇਪਰਸ 'ਤੇ ਸਾਈਨ ਹੋ ਕੇ ਅਤੇ ਸਫ਼ਰ ਸ਼ੁਰੂ ਹੋ ਗਿਆ ਸੋ ਫਿਰ ਮੈਂ 1976 ਵਿੱਚ ਅਮੈਰੀਕਾ ਪਹੁੰਚੀ ਔਨ ਦਾ 31st ਆਫ ਡਿਸੰਬਰ ਅਤੇ ਉੱਥੋਂ ਫਿਰ ਮੇਰਾ ਸਫ਼ਰ ਸ਼ੁਰੂ ਹੋਇਆ ਅਤੇ ਉੱਥੇ ਜਾ ਕੇ ਫਿਰ ਡਿਫਰੈਂਟ ਓਬਵੀਅਸਲੀ ਪਹਿਲੇ ਤਾਂ ਦਸੰਬਰ ਔਰ ਅਸੀਂ ਮਿਸ਼ੀਗਨ ਯੂਨੀਵਰਸਿਟੀ ਸੀ ਮੇਰੇ ਮੀਆਂ ਸੋ ਮਿਸ਼ੀਗਨ ਯੂਨੀਵਰਸਿਟੀ ਤੋਂ ਸਾਡਾ ਸਫ਼ਰ ਦੋਨਾਂ ਨਾਲ ਸ਼ੁਰੂ ਹੋਇਆ ਇਕੱਠਾ ਐਜ਼ ਆ ਕਪਲ ਅਤੇ ਫਿਰ ਮੈਂ ਅੰਗਰੇਜ਼ੀ ਤੁਹਾਨੂੰ ਪਤਾ ਪਹਿਲੇ ਪੜ੍ਹੀ ਤਾਂ ਜਾਣੀ ਹੈ ਮੈਟ FA ਤੱਕ ਮਗਰ ਇਹ ਕਿ ਬੋਲਣ ਨਹੀਂ ਸੀ ਅਤੇ ਫਿਰ ਇਫਤਿਖਾਰ ਜੋ ਕਿ PhD ਸਟੂਡੈਂਟ ਸਨ ਅਤੇ ਉਹਨਾਂ ਨੇ ਆਪਣੀ ਕਲਾਸਿਸ ਹੋਣੀਆਂ ਯੂਨੀਵਰਸਿਟੀ ਲਾਇਬ੍ਰੇਰੀ ਜਾਣਾ ਅਤੇ ਮੈਂ ਫਿਰ ਆਪਣੇ ਜਿਹੜੀ ਆ ਇੰਗਲਿਸ਼ ਉਹ ਜਿਹੜੀ ਆ ਮੁਖਤਲਿਫ ਕੈਸਟਸ ਲੈ ਕੇ ਹੁਣ ਤਾਂ ਆਨਲਾਈਨ ਆ ਗਿਆ ਨਾ ਉਦੋਂ ਤਾਂ ਕੰਪਿਊਟਰ ਨੇ ਜ਼ਬਾਨਾਂ ਨਹੀਂ ਸੀ ਔਰ ਟਾਈਪਰਾਈਟਰ ਵਿੱਚ ਪੈਸੇ ਪਾ ਕੇ ਅਤੇ ਆਪਣੇ ਆਪ ਨੂੰ ਟਾਈਪਿੰਗ ਸਿਖਾਈ ਇੰਗਲਿਸ਼ ਬੋਲਣਾ ਔਰ ਉਸ 'ਤੇ ਪ੍ਰੈਕਟਿਸ ਕਰਕੇ ਉਹ ਕੀਤਾ ਅਤੇ ਫਿਰ ਕਾਲਜ ਵਿੱਚ ਐਡਮਿਸ਼ਨ ਲਿਆ ਫਿਰ ਹਿਊਮਨ ਰਿਸੋਰਸਿਸ ਵਿੱਚ ਪਹਿਲੇ ਡਿਪਲੋਮਾ ਕੀਤਾ ਫਿਰ ਉੱਥੇ ਹੀ ਮੈਨੂੰ ਜੋਬ ਮਿਲ ਗਈ ਅਤੇ ਕਿਉਂਕਿ ਇੱਕ ਸਟੂਡੈਂਟ ਜਿਹੜਾ ਉਹਨੂੰ ਇਤਨਾ ਹੀ ਵਜ਼ੀਫਾ ਮਿਲਣਾ ਸੀ ਉੱਥੋਂ ਅਮੈਰੀਕਨ ਉਹਨਾਂ ਨੇ ਵਜ਼ੀਫਾ ਸੀ ਯੂਨੀਵਰਸਿਟੀ ਨੇ ਅਤੇ ਉਹ ਕਿ ਉਹ ਆਪਣੀ ਕਰਨ ਅਤੇ ਟੂਗੈਦਰ ਪੜ੍ਹਨਾ ਵੀ ਸੀ ਫੀਸਾਂ ਦੇਣੀਆਂ ਸਨ ਮੇਰੀਆਂ ਅਤੇ ਫਿਰ ਮੈਂ ਪਾਰਟ ਟਾਈਮ ਕੰਮ ਵੀ ਉੱਥੇ ਸ਼ੁਰੂ ਕਰ ਦਿੱਤਾ ਅਤੇ ਨਾਲ ਨਾਲ ਪੜ੍ਹਨਾ ਵੀ ਸ਼ੁਰੂ ਕਰ ਦਿੱਤਾ ਅਤੇ ਉੱਥੋਂ ਫਿਰ ਕਰਕੇ 3 ਸਾਲ ਬਾਅਦ ਅਸੀਂ ਪਾਕਿਸਤਾਨ ਪਹੁੰਚੇ ਫਿਰ 10 ਸਾਲ ਅਸੀਂ ਪਾਕਿਸਤਾਨ ਰਹੇ ਪਾਕਿਸਤਾਨ ਵਿੱਚ ਮੈਂ ਪ੍ਰਾਈਵੇਟ BA ਕੀਤਾ ਔਰ ਪ੍ਰਾਈਵੇਟ BA ਕਰਕੇ ਫਿਰ ਮੈਂ ਪਾਕਿਸਤਾਨ ਵਿੱਚ 10 ਸਾਲ ਜੋਬ ਕੀਤੀ ਪਹਿਲੇ ਮੈਂ ਹਾਲੀਡੇ ਇਨ ਹੋਟਲ ਨੇ HR ਡਿਪਾਰਟਮੈਂਟ ਵਿੱਚ ਜੋਬ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਹੈ USIS ਨੇ ਦਫ਼ਤਰ ਜਿਹੜਾ ਇਸਲਾਮਾਬਾਦ ਵਿੱਚ ਉਸ ਵਿੱਚ ਜੋਬ ਕਰੀ
ਤੇ ਫਿਰ ਉਸ ਤੋਂ ਬਾਦ 1989 ਦੇ ਵਿੱਚ ਅਸੀਂ ਆ ਗਏ ਆਕਸਫੋਰਡ। ਮੇਰੇ ਮੀਆਂ ਨੂੰ ਕਾਇਦ ਆਜ਼ਮ ਚੇਅਰ ਮਿਲੀ ਸੇਂਟ ਐਂਥਨੀਜ਼ ਕਾਲਜ ਵਿੱਚ, ਤੇ 5 ਸਾਲ ਔਰ 10 ਸਾਲ ਦੇ ਦੋ ਬੱਚੇ ਲੈ ਕੇ, ਤੇ ਚਾਰੋਂ ਅਸੀਂ 1989 16th of June ਆਕਸਫੋਰਡ ਦਾਖਲ ਹੋ ਗਏ। ਤੇ ਇੱਥੋਂ ਫਿਰ ਬਸ ਸਫ਼ਰ ਸ਼ੁਰੂ ਹੋਇਆ। ਇਫਤਿਖਾਰ ਨੇ ਪਹਿਲੇ ਕਿਹਾ ਸੀ ਕਿ ਜਾਬ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪਾਕਿਸਤਾਨ ਵਿੱਚ ਤਾਂ ਜ਼ਰਾ ਹੈਲਪ ਘਰ ਵਿੱਚ ਹੋ ਜਾਣੀ, ਇੱਥੇ ਦੋ ਬੱਚੇ ਨਾਲ ਮੁਸ਼ਕਿਲ ਹੈ। ਮਗਰ ਜਿਸ ਬੰਦੇ ਨੂੰ ਆਦਤ ਸ਼ੁਰੂ ਤੋਂ ਪਈ ਹੋਏ ਕਿ ਜ਼ਿੰਦਗੀ 'ਚ ਅੱਗੇ ਚੱਲਣਾ ਹੈ, ਉਸਨੂੰ ਘਰ ਬਿਠਾਉਣਾ ਬਹੁਤ ਮੁਸ਼ਕਿਲ ਹੈ। ਅਤੇ ਫਿਰ ਮੈਂ ਇੱਕ ਦਿਨ ਆਪਣਾ ਪਾਸਪੋਰਟ ਔਰ CV ਲੈ ਕੇ, ਅਤੇ ਮੈਂ ਕਿਹਾ ਚਲੋ ਅੱਜ ਡਿਫਰੈਂਟ ਕਾਲਜਿਸ ਵਿੱਚ ਜਾਣੀ ਹੈ। ਅਤੇ ਸੇਂਟ ਐਂਥਨੀਜ਼ ਦੇ ਨਾਲ ਜਿਹੜਾ ਕਾਲਜ ਸੀ ਉਸ ਤੋਂ ਸ਼ੁਰੂ ਕੀਤਾ, ਪਹਿਲੇ ਹੀ ਸੇਂਟ ਹਿਊਜ਼ ਕਾਲਜ ਸੀ। ਅਤੇ ਉੱਥੇ ਜਾ ਕੇ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ 5 ਸਾਲ ਵਾਸਤੇ ਅਸੀਂ ਆਕਸਫੋਰਡ ਆਏ ਹਾਂ ਔਰ ਮੈਂ ਪਾਕਿਸਤਾਨ ਵਿੱਚ ਜਾਬ ਕਰਨੀ ਰਹੀ ਹਾਂ, ਔਰ ਇਹ ਮੇਰੀ ਕੁਆਲੀਫਿਕੇਸ਼ਨ ਔਰ ਜਾਬ ਐਕਸਪੀਰੀਅੰਸ ਹੈ ਔਰ ਮੈਂ ਜਾਬ ਤਲਾਸ਼ ਕਰ ਰਹੀ ਹਾਂ। ਸੋ ਟੂ ਕੱਟ ਦ ਲੋਂਗ ਸਟੋਰੀ ਸ਼ਾਰਟ, ਉਹਨਾਂ ਨੇ ਕਿਹਾ ਵੀ ਆਰ ਲੁਕਿੰਗ ਫਾਰ ਸਮਬਡੀ ਜਸਟ ਲਾਈਕ ਯੂ। ਅਤੇ ਤੋ ਵਾਕ ਇਨ ਜਾਬ ਮਿਲ ਗਈ ਕਾਲਜ ਵਿੱਚ, ਸੋ ਆਈ ਸਟੇਡ ਦੇਅਰ ਫੋਰ 5 ਈਅਰਸ ਐਂਡ ਇਨ ਦ ਮੀਨ ਟਾਈਮ ਫਿਰ ਮੈਂ ਆਕਸਫੋਰਡ ਕਾਲਜ ਔਰ ਫਰਦਰ ਐਜੂਕੇਸ਼ਨ ਉੱਥੇ ਦਾਖਲਾ ਲੈ ਲਿਆ। ਅਤੇ ਪਹਿਲੇ ਮੈਂ ਆਪਣਾ ਇੱਕ ਡਿਪਲੋਮਾ ਕੀਤਾ, ਉਸ ਤੋਂ ਬਾਅਦ ਫਿਰ ਮੈਂ MBA ਕੀਤਾ। ਅਤੇ ਫਿਰ ਉਸ 5 ਸਾਲ ਤੋਂ ਬਾਅਦ ਸਾਡਾ ਪ੍ਰੋਗਰਾਮ ਬਣਿਆ ਕਿ ਸ਼ਾਇਦ ਵਾਪਸ ਪਾਕਿਸਤਾਨ ਜਾਵਾਂਗੇ, ਅਤੇ ਕੁਛ ਮੇਰੀ ਬੇਟੀ ਦੀ ਹੈਲਥ ਨੇ ਇਸ਼ੂਜ਼ ਦੀ ਵਜ੍ਹਾ ਤੋਂ ਫਿਰ ਅਸਲ ਉਹ ਪ੍ਰੋਗਰਾਮ ਰਹਿ ਗਿਆ। ਅਤੇ ਫਿਰ ਮੈਂ ਜੋਬ ਉਦੋਂ ਉਸ ਵਕਤ ਆਲਰੇਡੀ ਥੋੜ੍ਹੀ ਸੀ ਅਸਾਂ ਕਿ ਉੱਥੋਂ ਸੇਂਟ ਯੂਸ 'ਚੋਂ ਖਤਮ ਕਰ ਰਹੀ ਸਾਂ। ਦੈਨ ਆਈ ਸਟਾਰਟਿਡ ਵਰਕਿੰਗ ਇਨ ਵਸਟਰ ਕਾਲਜ ਇਨ ਸਿਮਿਲਰ ਕਾਇੰਡ ਆਫ ਸਰਕਮਸਟਾਂਸਿਸ। ਅਤੇ ਉੱਥੇ ਫਿਰ ਮੈਂ 22 ਸਾਲ ਜੋਬ ਕੀਤੀ ਵਸਟਰ ਕਾਲਜ। ਅਤੇ 22 ਈਅਰਸ ਅਤੇ ਬਸ ਨਾਲ ਬੱਚਿਆਂ ਨੂੰ ਆਪਣਾ ਦੋਨਾਂ ਨੂੰ ਜਿਹੜਾ ਅਤੇ ਉਹਨਾਂ ਦੀ ਦੇਖਭਾਲ ਔਰ ਅਕੈਡਮਿਕ ਮੀਆਂ ਨੇ ਨਾਲ ਰਹਿਣਾ, ਅਤੇ ਆਪਣੀ ਲਾਈਫ ਦੇ ਨਾਲ ਬਾਕੀ ਸੋਸ਼ਲ ਵਰਕ ਜਿਹੜਾ ਹੈ ਉਹ ਮੈਂ ਨਾਲ ਨਾਲ ਕਰਨੀ ਰਹਿੰਦੀ ਹਾਂ, ਕਮਿਊਨਿਟੀ 'ਚ ਵੀ ਕਰਨੀ ਰਹਿੰਦੀ ਹਾਂ, ਲੋਕਾਂ ਨੂੰ ਜੋ ਹੈਲਪ ਹੋਏ ਮੁਖਤਲਿਫ ਜਿਹਨਾਂ ਲੋਕਾਂ ਨੇ ਬੱਚੇ ਉਹਨਾਂ ਨੂੰ ਘਰ ਲਿਆ ਕੇ ਉਹਨਾਂ ਨੂੰ ਫ੍ਰੀ ਆਪਣੇ ਬੱਚਿਆਂ ਨੂੰ ਵੀ ਕਿਹਾ ਕਿ ਉਹਨਾਂ ਨੂੰ ਪੜ੍ਹਾਓ, ਤਾਂ ਕਿ ਜਿੱਥੇ ਗੋਸ਼ ਲੈਣ ਜਾਓ ਅਤੇ ਗੋਸ਼ ਲੈਣ ਵਾਲਾ ਕਹਿੰਦਾ ਹੈ ਕਿ ਮੇਰੇ ਬੱਚਿਆਂ ਨੂੰ ਵੀ ਪੜ੍ਹਾਓ, ਤਾਂ ਮੈਂ ਕਿਹਾ ਤੁਹਾਨੂੰ ਤੁਸੀਂ ਘਰ ਛੋੜ ਦਿਓ ਅਤੇ ਅਸੀਂ ਪੜ੍ਹਾ ਦੇਵਾਂਗੇ। ਅਤੇ ਫਿਰ ਜਿਹੜੀ ਕਮਿਊਨਿਟੀ 'ਚ ਹੈ ਲੋਕਲ, ਉਸ 'ਚ ਵੀ ਹੋਮਲੈਸ ਵਾਲਿਆਂ ਨਾਲ ਵੀ 4 ਸਾਲ ਕੀਤਾ, ਔਰ ਆਪਣੇ ਨੇਬਰਹੁੱਡ 'ਚ ਜਿਹੜੇ ਓਲਡ ਪੀਪਲਸ ਹੋਮ ਹੈ ਉੱਥੇ ਵੀ ਕੁਛ ਨਾ ਕੁਛ ਕਰ ਰਹੇ ਹਾਂ। ਨੁਜ਼ਰ ਜੀ ਦਾ ਜ਼ਿਕਰ ਇਸ ਤੋਂ ਵੀ ਆ ਜਾਂਦਾ ਹੈ ਕਿਉਂਕਿ ਨਿਗਤ ਤੁਹਾਡਾ ਔਰ ਨੁਜ਼ਰ ਦਾ ਇੱਕ ਜਿਹੜਾ ਕੰਪੈਨੀਅਨਸ਼ਿਪ, ਦੋ ਪਾਕਿਸਤਾਨੀ ਔਰਤਾਂ ਜਿਨ੍ਹਾਂ ਨੇ ਆ ਕੇ ਆਕਸਫੋਰਡ 'ਚ ਬਹੁਤ ਕੰਮ ਕੀਤਾ। ਤੁਹਾਡੇ ਨਾਲ ਇੱਕ ਹੋਰ ਦੋਸਤ ਵੀ ਹੈ, ਮੈਂ ਉਹਨਾਂ ਦਾ ਵੀ ਜ਼ਿਕਰ ਜ਼ਰੂਰ ਕਰਾਂਗੀ ਕਿਉਂਕਿ ਇਹ ਸਭ ਫਰਕ ਜੀ ਦਾ, ਕਿਉਂਕਿ ਮੈਂ ਤੇ ਤੁਹਾਨੂੰ ਮਤਲਬ ਜ਼ਾਹਿਰ ਹੈ ਬਹੁਤ ਲੇਟ ਰੀਸੈਂਟਲੀ ਕੁਛ ਸਾਲ ਤੋਂ ਹੀ ਜੁਆਇਨ ਕੀਤਾ ਤੇ ਮੈਨੂੰ ਅੰਦਾਜ਼ਾ ਹੋਇਆ ਤੁਸੀਂ ਇੰਨੀਆਂ ਸ਼ਾਨਦਾਰ ਪੰਜਾਬ ਨਾ ਹੋ, ਸ਼ਾਨਦਾਰ ਮੈਂ ਕਹਾਂਗੀ, ਔਰ ਤੁਸੀਂ ਜਿਹੜਾ ਕਮਿਊਨਿਟੀ ਵਰਕ ਕਰਦੇ ਪਏ ਹੋ ਉਹ ਇੰਨਾ ਜ਼ਬਰਦਸਤ ਹੈ। ਮੈਂ ਇਹ ਗੱਲ ਜ਼ਰੂਰ ਇਸ ਵਜ੍ਹਾ ਨਾਲ ਕਰ ਰਹੀ ਹਾਂ ਕਿ ਸਾਡੇ ਜਿਹੜੇ ਲੋਕ ਬਹੁਤ ਸਾਰੇ ਬੱਚੇ ਬੱਚੀਆਂ ਜਿਹੜੀਆਂ ਨੇ ਉਹ ਆਉਣਾ ਚਾਹੁੰਦੀਆਂ ਨੇ ਹਾਇਰ ਸਟੱਡੀਜ਼ ਵਾਸਤੇ ਇੰਗਲੈਂਡ, ਅਮੈਰੀਕਾ, ਜਿੱਥੇ ਜਿੱਥੇ ਵੀ ਜਾਣਾ ਚਾਹੁੰਦੀਆਂ, ਖਾਸ ਤੌਰ 'ਤੇ ਉਹ ਸਾਰੇ ਪੰਜਾਬੀ, ਕਿ ਕਿਸ ਤਰ੍ਹਾਂ ਇਹ ਮਤਲਬ ਪ੍ਰੋਗਰਾਮ ਦੇ ਥਰੂ ਹੀ ਅਸੀਂ ਥੋੜ੍ਹਾ ਜਿਹਾ ਅਵੇਅਰਨੈਸ ਦੇਣੀ ਹੈ ਕਿ ਕਿਸ ਤਰ੍ਹਾਂ ਤੁਸੀਂ ਨਾਲ ਬੱਚੇ ਵੀ ਪਾਲੇ, ਸਟਰਗਲ ਵੀ ਕੀਤੀ, ਕਮਿਊਨਿਟੀ ਵਰਕ ਵੀ ਕੀਤਾ, ਔਰ ਆਪਣੀ ਮਾਂ ਬੋਲੀ ਵਾਸਤੇ ਵੀ ਤੁਸੀਂ ਕਈ ਸਾਲਾਂ ਤੋਂ ਜਿਹੜਾ ਕੰਮ ਕਰ ਰਹੇ ਹੋ ਔਰ ਸਾਥ ਦੇ ਰਹੇ ਹੋ ਪੂਰਾ ਦਾ ਪੂਰਾ, ਇਹਦੇ 'ਤੇ ਮੈਂ ਯਕੀਨ ਕਰੋ ਕਿ ਥੈਂਕ ਯੂ ਜੀ। ਇਹ ਸਾਰੀ ਉਸ ਨੁਜ਼ਰਤ ਦੀ ਹਿੰਮਤ ਹੈ ਕਿ ਨੁਜ਼ਰਤ ਔਰ ਅਬਾਸ ਦੋਨੋਂ ਜਿਹੜੇ ਨੇ ਉਹ ਸਾਡੇ ਅਲਮਬਰਦਾਰ ਨੇ। ਅਬਾਸ ਅਲਮਬਰਦਾਰ ਜਿਹੜਾ ਨਾ ਉਹ ਤੇ ਬਿਲਕੁਲ ਉਸਨੇ ਹਮੇਸ਼ਾ ਸਾਥ ਦਿੱਤਾ ਹੈ ਨੁਜ਼ਰਤ ਨਾ, ਤੇ ਉਸਦੀ ਵਜ੍ਹਾ ਤੋਂ ਨੁਜ਼ਰਤ ਦੇਖੋ ਇਤਨਾ ਕਿ ਕੰਮ ਕੀਤਾ, ਔਰ ਫਿਰ ਨੁਜ਼ਰਤ ਨਹੀਂ ਹੈ ਬੜਾਈ ਕਿ ਉਹਨਾਂ ਸਾਰੇ ਸਾਨੂੰ ਨਾਲ ਲੈ ਕੇ ਚੱਲੇ ਨੇ ਤੇ ਅਸੀਂ ਉਸ ਸਫ਼ਰ 'ਚ ਸ਼ਾਮਿਲ ਹੋਏ ਹਾਂ। ਤੇ ਜੋ ਵੀ ਛੋਟੀ ਥੋੜ੍ਹੀ ਬਹੁਤ ਤਬਦੀਲੀ ਜਿਹੜੀ ਲਾਉਣੇ ਦੀ ਕੋਸ਼ਿਸ਼ ਕਰ ਰਿਹਾ। ਨਹੀਂ ਇਹ ਤੁਹਾਡਾ, ਮੈਂ ਤਾਂ ਹੀ ਕਿਹਾ ਕਿ ਇੱਕ ਸ਼ਾਨਦਾਰ ਗਰੁੱਪ ਹੈ ਇਹ ਜਿਹੜਾ ਲੇਡੀਜ਼ ਦਾ ਗਰੁੱਪ ਹੈ, ਔਰ ਨੁਜ਼ਰਤ ਹੋਰਾਂ ਦੀ ਕਿਉਂਕਿ ਥੋੜ੍ਹਾ ਜਿਹਾ ਹਲੇ ਥੋੜ੍ਹਾ ਉਹਨਾਂ ਦਾ ਆਈ ਸਰਜਰੀ ਹੋਈ ਹੈ, ਮੈਂ ਉਹਨਾਂ ਨੂੰ ਵੀ
ਇਹ ਮਰਦਮ ਸ਼ੁਮਾਰੀ ਦੇ ਉੱਤੇ ਉਹਨਾਂ ਦੇ ਖਿਆਲਾਤ ਵੀ ਲਾਂਗੀ, ਬਾਕੀ ਦੋਸਤਾਂ ਦੇ ਵੀ ਲਾਂਗੀ, ਲੇਕਿਨ ਮੈਂ ਤੁਹਾਨੂੰ ਇੱਥੇ ਕਿਉਂਕਿ ਥੋੜ੍ਹਾ ਟਾਈਮ ਘੱਟ ਹੈ ਅਤੇ ਮੈਂ ਜ਼ਰੂਰ ਇਹ ਗੱਲ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਤੁਹਾਡਾ ਇਹ ਜਰਨੀ ਹੈ ਐਜ਼ ਏ ਪੰਜਾਬਣ, ਐਜ਼ ਐਨ ਇੰਡੀਵਿਜੁਅਲ, ਐਜ਼ ਏ ਫੀਮੇਲ ਜੈਂਡਰ, ਅਤੇ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਨਾਂ ਲਿਆ ਹੈਗਾ, ਤੁਹਾਡਾ ਜਿਹੜੀ ਮੈਂ ਪੂਰੀ ਕਹਾਣੀ ਜਿਹੜੀ ਸਾਡੇ ਮਿੱਤਰ ਵੀ ਸੁਣ ਰਹੇ ਨੇ ਕਿ ਤੁਹਾਡੇ ਖਾਵਨ ਦੀ ਬਹੁਤ ਸਪੋਰਟ ਰਹੀ, ਬਿਲਕੁਲ, ਤੇ ਪੰਜਾਬੀ ਮਰਦਾਂ ਦਾ ਪੰਜਾਬੀ ਔਰਤਾਂ ਨੂੰ ਅਵੇਅਰਨੈਸ ਦਵਾਉਣ ਦੇ ਵਿੱਚ ਇੱਕ ਬਹੁਤ ਆਮ ਬਿਲਕੁਲ ਉਸੇ ਨੂੰ ਮੈਂ ਲਿੰਕ ਕਰਾਂਗੀ ਆਪਣੀ ਮਰਦਮਸ਼ੁਮਾਰੀ ਦੇ ਨਾਲ ਵੀ, ਕਿਉਂਕਿ ਜੇ ਅਗਰ ਔਰਤਾਂ ਜਿਸਾਂ ਕਿ ਮਾਵਾਂ ਜਿਹੜੀਆਂ ਨੇ ਉਹ ਨਹੀਂ ਕਰ ਰਹੀਆਂ ਆਪਣੀ ਜ਼ਬਾਨ ਨੂੰ, ਤੇ ਉਹਦੇ ਵਿੱਚ ਸਾਡੇ ਪੰਜਾਬੀ ਭਰਾਵਾਂ ਦਾ, ਪਿਓਵਾਂ ਦਾ, ਖਾਮਦਾਂ ਦਾ, ਦੋਸਤਾਂ ਦਾ, ਉਹਨਾਂ ਦਾ ਵੀ ਤੇ ਰੋਲ ਬੜਾ, ਸਭ ਦਾ ਫਰਜ਼ ਹੈ, ਸਭ ਫਰਜ਼ ਹੈ, ਸਭ ਯੂ ਨੋ ਓਬਵੀਅਸਲੀ ਤੇ ਪੰਜਾਬੀ ਨਹੀਂ ਗੱਲ ਹੋ ਗਈ ਹੋ ਰਹੀ, ਮਗਰ ਬਾਕੀ ਸਾਰੀ ਜ਼ਬਾਨਾਂ ਨੇ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਆਪ ਨੂੰ ਪਹਿਲੇ ਜਿਹੜੇ ਨੇ ਇਸ ਕਾਬਿਲ ਸਮਝਣ ਕਿ ਇਹ ਉਹਨਾਂ ਦੀ ਜ਼ਬਾਨ 'ਚ ਕੋਈ ਬੋਲਣੇ 'ਚ ਲਿਖਣੇ 'ਚ ਸਮਝਣੇ 'ਚ ਕੋਈ ਹਰਜ ਨਹੀਂ ਹੈ, ਔਰ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ 'ਤੇ ਆਪਣੇ ਆਪ ਨੂੰ ਵੀ ਔਰ ਆਪਣੇ ਬੱਚਿਆਂ ਨੂੰ ਔਰ ਆਪਣੇ ਕਰੀਬੀ ਲੋਕ ਜਿੰਨੇ ਵੀ ਹਨ ਉਹਨਾਂ ਨੂੰ ਇਹ ਦੱਸਣ ਕਿ ਇਸ ਵਿੱਚ ਕੋਈ ਮਸਲਾ ਨਹੀਂ ਹੈ, ਔਰ ਮਰਦਮਸ਼ੁਮਾਰੀ ਪੂਰਾ ਹਿੱਸਾ ਲੈਣ, ਔਰ ਜਿੱਥੇ ਉਹਨਾਂ ਨੇ ਅਗਰ ਖਾਣਾ ਨਹੀਂ ਵੀ ਬਣਿਆ ਹੈ ਤਾਂ ਉੱਥੇ ਜ਼ਰੂਰ ਲਿਖਣ ਦੀ ਕੋਸ਼ਿਸ਼ ਕਰਨ ਕਿ ਉਹਨਾਂ ਨੇ ਕਿਹੜੇ ਬੈਕਗਰਾਊਂਡ ਹੈ, ਕਿਉਂਕਿ ਦੇਖੋ ਨਾ ਜ਼ਿਆਦਾਤਰ ਤਾਂ ਜਿੰਨੇ ਵੀ ਫਾਰਮਸ ਹੈ ਨੇ ਉਹਨਾਂ 'ਚ ਲਿਖਿਆ ਕਿ ਤੁਸੀਂ ਕਿਹੜੇ ਬੈਕਗਰਾਊਂਡ ਨਹੀਂ ਹੋ, ਮਗਰ ਜਿਹੜੀ ਜ਼ਬਾਨ ਹੈ ਉਹ ਬਹੁਤ ਅਹਿਮ ਚੀਜ਼ ਹੈ, ਔਰ ਉਸ ਵਿੱਚ ਲੋਕਾਂ ਨੂੰ ਸਾਰਿਆਂ ਨੂੰ ਇੱਥੇ ਮੈਂ ਸਾਰਿਆਂ ਨੂੰ ਕਹਾਂਗੀ ਕਿ ਜਿੰਨੇ ਵੀ ਲੋਕ ਰਹਿੰਦੇ ਨੇ ਬ੍ਰਿਟੇਨ ਵਿੱਚ, ਯੂਕੇ 'ਚ, ਉਹਨਾਂ ਨੂੰ ਇਸ 'ਤੇ ਸੋਚਣਾ ਚਾਹੀਦਾ ਹੈ, ਔਰ ਉਸ 'ਤੇ ਯੂ ਨੋ ਪਹਿਲਾ ਕਦਮ ਹੀ ਇਹ ਹੋਏਗਾ ਕਿ ਉਹ ਆਪਣੇ ਆਪ ਨੂੰ ਜਿਹੜਾ ਨਾ ਇਸ 'ਤੇ ਸੋਚਣ ਔਰ ਆਪਣੇ ਬੱਚਿਆਂ ਨੂੰ ਔਰ ਆਪਣੇ ਬਾਕੀ ਜਿਹੜੇ ਲੋਕ ਹਨ ਉਹਨਾਂ ਨੂੰ ਸਾਰਿਆਂ ਨੂੰ ਅਹਿਸਾਸ ਦਿਲਾਉਣ ਕਿ ਇਸ 'ਚ ਕੋਈ ਹਰਜ ਨਹੀਂ ਹੈ। ਅੱਛਾ ਨਿਗਰ ਜੀ, ਆਖਰੀ ਸਵਾਲ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹਾਂਗੀ ਜਾਣ ਤੋਂ ਪਹਿਲੇ, ਤੁਸੀਂ ਕੀ ਸਮਝਦੇ ਹੋ ਕਿ ਜੇ ਇਹ ਨਹੀਂ ਲਿਖਦੇ ਜਾਂ ਅਸੀਂ ਆਪਣੇ ਬਾਲਾਂ ਨੂੰ ਪੰਜਾਬੀ ਵੱਲ ਤੇ ਆਪਣੀ ਮਾਂ ਬੋਲੀ ਵੱਲ ਜਾਂ ਆਪਣੇ ਕਲਚਰ ਵੱਲ ਨਹੀਂ ਲੈ ਕੇ ਆਉਂਦੇ, ਉਹਦਾ ਸਾਡੀ ਅਗਲੀ ਜਨਰੇਸ਼ਨ ਜਾਂ ਜਿਹੜੀ ਪ੍ਰੈਜ਼ੈਂਟ ਜਨਰੇਸ਼ਨ ਹੈ ਇੰਗਲੈਂਡ ਦੇ ਵਿੱਚ, ਉਹਦਾ ਕੀ ਨੁਕਸਾਨ? ਬਹੁਤ ਨੁਕਸਾਨ ਹੈ। ਤੁਸੀਂ ਦੇਖੋ ਨਾ, ਜੇ ਇਹ ਹੁਣ ਸਿਰਫ ਪੰਜਾਬੀ ਨਹੀਂ ਗੱਲ ਹੋ ਰਹੀ, ਸਾਡੇ ਬਹੁਤ ਸਾਰੇ ਦੋਸਤ ਹੈ ਨੇ ਇੱਥੇ, ਦੋ ਕਮ ਅਜ਼ ਕਮ ਯੰਗ ਲੋਕ ਨੇ ਜਿਹੜੇ ਇੰਡੀਆ ਦੇ ਮੁਸਲਮਾਨ ਹਨ, ਔਰ ਉਹ ਬੱਚੇ ਜਿਸ ਤਰ੍ਹਾਂ ਹੁਣ ਆਪਣੇ ਅਰਲੀ ਥਰਟੀਜ਼ ਵਿੱਚ ਹਨ ਔਰ ਇੱਥੇ ਪੜ੍ਹਨ ਵਾਸਤੇ ਦੋਨੋਂ, ਇੱਕ ਨੇ PhD ਕਰ ਲਈ, ਇੱਕ ਨੇ PhD ਫਾਈਨਲ ਸਟੇਜ ਵਿੱਚ ਹੈ, ਅਤੇ ਉਹਨਾਂ ਨੂੰ ਯਾਨੀ ਉਹ ਹਿੰਦੀ ਬੋਲ ਸਕਦੇ ਨੇ ਜਾਂ ਉਰਦੂ ਬੋਲ ਸਕਦੇ ਨੇ, ਮਗਰ ਉਹਨਾਂ ਨੂੰ ਕੋਈ ਅਹਿਸਾਸ ਨਹੀਂ ਹੈ ਕਿ ਉਹਨਾਂ ਦੀ ਜ਼ਬਾਨ ਹੈ, ਅਤੇ ਉਹਨਾਂ ਨੂੰ ਕੋਈ ਉਰਦੂ ਦੀ ਕਿਤਾਬ ਦੇ ਦਿਓ ਜਾਂ ਕੁਛ ਕਹਿ ਦਿਓ ਤਾਂ ਉਹਨਾਂ ਨੂੰ ਲਫ਼ਜ਼ ਕੋਈ ਸਮਝ ਨਹੀਂ ਆਉਣੇ। ਸੋ ਇਹ ਮਸਲਾ ਜਿਹੜਾ ਇਹ ਯਾਨੀ ਇਹ ਯੂਨੀਵਰਸਲ ਤਾਂ ਹੈ ਹੀ ਹੈ, ਮਗਰ ਇਹ ਜਿਹੜੀ ਜ਼ਬਾਨਾਂ ਨੇ ਇਹ ਬਹੁਤ ਸਫ਼ਰ ਕਰ ਰਹੀਆਂ ਨੇ ਇਸ ਨਾਲ, ਅਤੇ ਇਹ ਮੇਰੀ ਤਾਂ ਇਹੀ ਦਰਖਾਸਤ ਹੈ ਕਿ ਲੋਕ ਆਪਣੀ ਜ਼ਬਾਨਾਂ ਜਿਹੜੀਆਂ ਨੇ, ਜੋ ਵੀ ਮਾਂ ਬੋਲੀ ਹੈ, ਬਾਪ ਬੋਲੀ ਹੈ, ਸਿਰਫ ਮਾਂ ਬੋਲੀ ਨਹੀਂ, ਅੱਜ ਕੱਲ੍ਹ ਤਾਂ ਇੰਟਰ ਮੈਰਿਜਿਸ ਵੀ ਹੋਈਆਂ ਨੇ, ਉਰਦੂ ਸਪੀਕਿੰਗ ਨਾਲ ਪੰਜਾਬੀ ਮਰਦਾਂ ਦੀ ਸ਼ਾਦੀ ਹੋਈ ਹੋਈ ਹੈ, ਅਤੇ ਪੰਜਾਬੀ ਔਰਤਾਂ ਨਾਲ ਉਰਦੂ ਸਪੀਕਿੰਗ ਔਰਤ ਦੀ ਸ਼ਾਦੀ ਹੋਈ। ਸੋ ਉਸ 'ਚ ਤੁਸੀਂ ਕੋਈ ਸਿਰਫ ਇਹੀ ਨਹੀਂ ਕਹਿ ਸਕਦੇ ਹੋ ਕਿ ਮਾਂ ਬੋਲੀ ਹੈ, ਜੋ ਵੀ ਜ਼ਬਾਨ ਹੈ ਉਸ 'ਤੇ ਜ਼ਰੂਰ ਔਰ ਕੀਤੀ ਜਾਏ ਔਰ ਉਹਨੂੰ ਜਿਹੜਾ ਨਾ ਆਪਣਾ ਸਮਝਣੇ ਜਾਂ ਆਪਣਾ ਅਪਣਾਉਣੇ 'ਚ ਕੋਈ ਹਰਜ ਨਹੀਂ ਹੈ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਥੈਂਕ ਯੂ, ਔਰ ਤੁਹਾਡੇ ਨਾਲ ਅਸੀਂ ਆਕਸਫੋਰਡ ਨੂੰ ਵੀ ਨਾਲ ਆਪਣੇ ਜੁੜਤ ਕਰ ਲਈ, ਤੇ ਤੁਹਾਡੇ ਮਾਂ ਬੋਲੀ ਦੇ ਨਾਲ ਅਸੀਂ ਤਲਾ ਗੰਗ ਔਰ ਚਕਵਾਨ ਸਾਰੀ ਜੋ ਪਹਿਲੇ ਤੁਹਾਡੇ ਲਾਈਨ ਦਾ ਮਸਲਾ ਸੀ, ਸੋ ਮੈਂ ਇਹ ਫੋਨ ਹੋਲਡ ਕਰ ਰਹੀ ਹਾਂ ਤੇ ਫੋਨ ਨਾਲ ਆਈ ਡੋਂਟ ਨੋ ਕਿ ਕੁਆਲਿਟੀ ਕੈਸੀ ਹੈ, ਬਟ ਥੈਂਕ ਯੂ ਵੈਰੀ ਮਚ ਐਂਡ ਬਹੁਤ ਸ਼ੁਕਰੀਆ, ਤੇ ਅਪਰੀਸ਼ੀਏਟ ਕਰਨੇ ਆ ਤੁਹਾਡੀ ਐਫਰਟ, ਤੇ ਰੱਬ ਨੂੰ ਜਿਹੜਾ ਨਾ ਉਹ ਦੁਆ ਕਰਨੇ ਆ ਕਿ ਸਾਰੇ ਲੋਕ ਜਿਹੜੇ ਨੇ ਆਪਣੀ ਜ਼ਬਾਨ ਨੂੰ ਸਮਝਣ ਔਰ ਉਹਨੂੰ ਓਨ ਕਰਨ। ਬਹੁਤ ਮਿਹਰਬਾਨੀ, ਥੈਂਕ ਯੂ ਜੀ, ਨਿਗਰ ਜੀ, ਥੈਂਕ ਯੂ, ਖੁਦਾ ਹਾਫਿਜ਼, ਰੱਬ ਰਾਖਾ, ਰੱਬ ਰਾਖਾ, ਰੱਬ।